ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 9ਵੀਂ ਕਲਾਸ ਦੇ ਲਈ ਇੱਕ ਮੈਥ ਵਿਸ਼ੇ ਦਾ ਸੈਂਪਲ ਪੇਪਰ ਸੋਲਵ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਟਰਮ 2 ਦੇ ਐਗਜ਼ਾਮ ਜੋ ਟਰਮ 2 ਦੇ ਐਗਜ਼ਾਮ ਤੁਹਾਡੇ ਹੋਣ ਜਾ ਰਹੇ ਹਨ ਜਨਵਰੀ ਵਿੱਚ ਅਤੇ ਜੋ ਤੁਹਾਡੇ ਫਾਈਨਲ ਐਗਜ਼ਾਮ ਹੋਣੇ ਹਨ ਮਾਰਚ ਦੇ ਵਿੱਚ ਉਨਾ ਦੋਹਾ ਦੇ ਲਈ ਇਹ ਜੋ ਮੋਡਲ ਟੈਸਟ ਪੇਪਰ ਹੈ ਕਾਫੀ ਇੰਪੋਰਟੈਂਟ ਹੈ ਜੀ ਇਸ ਲਈ ਟਰਮ 2 ਦੇ ਐਗਜ਼ਾਮ ਵਿੱਚ ਵੀ ਤੁਸੀਂ ਇਸ ਮੋਡਲ ਟੈਸਟ ਦੀ ਪੇਪਰ ਦੀ ਤਿਆਰੀ ਹੈ ਕਰਕੇ ਜਾਣੀ ਹੈ ਤੇ ਜਦੋਂ ਫਾਈਨਲ ਪੇਪਰ ਹੋਣੇ ਹਨ ਤੁਹਾਡੇ ਉਦੋਂ ਵੀ ਤੁਸੀਂ ਇਸ ਮੋਡਲ ਟੈਸਟ ਦੇ ਸਾਰੇ ਜੋ ਕੁਐਸਚਨਸ ਹਨ ਉਹਨਾਂ ਨੂੰ ਅੱਛੀ ਧਿਆਨ ਨਾਲ ਜੂ ਕਰਕੇ ਜਾਣਾ ਹੈ ਜੀ ਤੇ ਵਿਦਿਆਰਥੀ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜੋ ਆਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਜਰੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਸੋ ਹੁਣ ਪਹਿਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਹੇਠਾਂ ਦਰਸਾਈਆਂ ਸੰਖਿਆਵਾਂ ਵਿੱਚੋਂ ਕਿਹੜੀ ਪਰਮੇਯ ਸੰਖਿਆ ਹੈ ਇਹਨਾਂ ਵਿੱਚੋਂ ਕਿਹੜੀ ਪਰਮੇਯ ਸੰਖਿਆ ਹੈ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਤੇ ਇਹਨਾਂ ਚਾਰੋਂ ਆਪਸ਼ਨ ਦੇ ਵਿੱਚੋਂ ਆਪਣੇ ਕੋ ਆਏਗਾ ਜੀ 0 0 ਆਪਣੇ ਕੋ ਪਰਮੇਯ ਸੰਖਿਆ ਹੈ तो बाकी ये तीन ही अपने को अपरमे संख्या हैं जी तो आओ अगला क्वेश्चन देखते हैं जी अगला क्वेश्चन है एक सौ पच्ची की घात एक बटा तीन है इसका मुल की होएगा तो देखो एक सौ पच्ची लिखा हुआ है एक सौ पच्ची घात उपर लिखी हुई है एक बटा तीन तो ते एक सौ पच्ची आप लिख सकते हाँ पाँच घात तीन तो ते उपर अपने को घात है एक बटा तीन ये तीन दाल एक बटा तीन कटिया जाएगा तो अपने को बच जाएगा पाँच दात एक पाँच की घात एक मतलब पांच इटमीन ऑप्शन आ जाएगी जी अपने को सी ऑप्शन आ जाएगी जी तो आओ अगला क्वेश्चन देखते हैं जी अगला क्वेश्चन अपने को है जी एक बहुपद दिता है एक्स की घात दो इस तरह देखो इस तरह, देखो, इस तरह लिख लक्स की घात दो कटाओ एक्स जमा छे तो इस दे की पता करना है एक्स का गुणाक ਕਿ x ਦੇ ਨਾਲ ਕਿਹੜਾ ਨੰਬਰ ਲੱਗਿਆ ਉਹ ਪਾ ਦੇਖਣਾ ਹੈ x ਦੇ ਨਾਲ ਸਿਰਫ ਇੱਕ ਘਟਾਓ ਦਾ ਸਾਈਨ ਹੈ ਇੱਥੇ ਕੋਈ ਨੰਬਰ ਨਹੀਂ ਹੈ ਤੇ ਇੱਥੇ ਕੀ ਹੋਏਗਾ 1 ਹੋਏਗਾ ਇਟ ਮੀਨ x ਦਾ ਗੁਣਾ ਕੀ ਹੋ ਗਿਆ ਆਪਣੇ ਕੋ ਘਟਾਓ ਦਾ 1 ਹੋ ਗਿਆ b ਆਪਸ਼ਨ ਆ ਜਾਏਗੀ ਜੀ ਅਗਲਾ ਹੈ ਜੀ y ਤੁਰੇ ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਕ ਕਿਸ ਤਰ੍ਹਾਂ ਦੇ ਹੁੰਦੇ ਹਨ ਦੇਖੋ ਇੱਧਰ ਆਪਣੇ ਕੋ y ਤੁਰਾ ਹੁੰਦਾ ਹੈ ਇਹ y ਤੁਰਾ ਹੁੰਦਾ ਹੈ ਇਹ ਆਪਣੇ ਕੋ ਹੁੰਦਾ ਹੈ x ਤੁਰਾ ਤੇ y ਤੁਰੇ ਦੇ ਉੱਪਰ ਜੋ ਬਿੰਦੂ ਹੁੰਦੇ ਹਨ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ 0,y ਮਤਲਬ x ਵਾਲਾ ਨੰਬਰ 0 ਹੁੰਦਾ ਹੈ ਤੇ y ਵਾਲਾ ਕੋਈ ਨਾ ਕੋਈ ਨੰਬਰ ਹੋਏਗਾ ਤੇ ਇਟ ਮੀਨ ਦੇਖੋ ਆਪਣੇ ਕੋ ਕਿਹੜਾ ਆਨਸਰ ਆਏਗਾ ਜੀ 0,y ਆ ਜਾਏਗਾ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਮੀਕਰਨ x y 4 ਦਾ ਹੱਲ ਹੈ ਤੇ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਚਾਰੇ ਆਪਸ਼ਨ ਦੇ ਵਿੱਚ ਜੋ ਪਹਿਲਾ ਨੰਬਰ ਹੈ ਉਹ x ਨੂੰ ਦਰਸਾਉਂਦਾ ਹੈ ਦੂਸਰਾ ਨੰਬਰ y ਨੂੰ x y x y x ਅਤੇ y ਤੇ ਆਪਾਂ ਕੀ ਕਰਨਾ ਹੈ ਸਮੀਕਰਨ ਦੇ ਵਿੱਚ x ਅਤੇ y ਦਾ ਮੁੱਲ ਭਰ ਕੇ ਦੇਖਣਾ ਹੈ ਕਿ ਕਿੱਥੇ ਖੱਬਾ ਪਾਸਾ ਤੇ ਸੱਜਾ ਪਾਸਾ ਬਰਾਬਰ ਹੁੰਦੇ ਹਨ ਤੇ ਆਪਾਂ ਦੇਖਦੇ ਹਾਂ ਕਿ ਇਹ ਵਾਲੀ ਜੋ ਵੈਲਿਊ ਹੈ ਇਹ ਮੈਂ ਭਰ ਕੇ ਤੁਹਾਨੂੰ ਦਿਖਾ ਰਿਹਾ ਹਾਂ ਕਿ ਇਸ ਤਰ੍ਹਾਂ ਇਸ ਵੈਲਿਊ ਦੇ ਵਿੱਚ ਆਪਾਂ ਭਰਾਂਗੇ ਤੇ ਦੇਖਦੇ ਹਾਂ ਕਿ ਖੱਬਾ ਪਾਸਾ ਤੇ ਸੱਜਾ ਪਾਸਾ ਬਰਾਬਰ ਆਉਂਦੇ ਹਨ ਕਿ ਨਹੀਂ ਹੁੰਦੇ ਹਨ x ਦੀ ਜਗ੍ਹਾ ਤੇ ਆਪਾਂ 0 ਭਰਨਾ ਹੈ y ਦੀ ਜਗ੍ਹਾ ਤੇ ਆਪਾਂ 4 ਭਰ ਦੇਣਾ ਹੈ ਇਹ ਇਸ ਤਰ੍ਹਾਂ ਹੈ x+y=4 ਹੈ x ਦੀ ਜਗ੍ਹਾ ਤੇ 0 ਭਰਾਂਗੇ y ਦੀ ਜਗ੍ਹਾ ਤੇ 4 ਭਰਾਂਗੇ =4 ਤੇ 0 ਵਿੱਚ 4 ਜੋੜਾਂਗੇ 4=4 ਇਟ ਮੀਨ ਖੱਬਾ ਪਾਸਾ ਤੇ ਸੱਜਾ ਪਾਸਾ ਬਰਾਬਰ ਆ ਗਿਆ ਹੈ ਤੇ ਬਾਕੀ ਇਹਨਾਂ ਨੂੰ ਵੀ ਭਰ ਕੇ ਦੇਖਾਂਗੇ ਤੇ ਖੱਬਾ ਤੇ ਸੱਜਾ ਪਾਸਾ ਬਰਾਬਰ ਨਹੀਂ ਆਏਗਾ ਸਿਰਫ ਚੌਥੀ ਆਪਸ਼ਨ ਦੇ ਵਿੱਚ ਹੀ ਆਪਣੇ ਕੋ ਖੱਬਾ ਤੇ ਸੱਜਾ ਪਾਸਾ ਬਰਾਬਰ ਆਏਗਾ ਇਟ ਮੀਨ ਚੌਥੀ ਆਪਸ਼ਨ ਆਪਣੇ ਕੋ ਸਹੀ ਆਪਸ਼ਨ ਹੈ ਜੀ ਤੇ ਆ ਉਸ ਤੋਂ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕੋ ਇਸ ਤਰ੍ਹਾਂ ਹੈ ਜੀ ਉਹ ਵਸਤੂਆਂ ਜੋ ਇੱਕ ਹੀ ਵਸਤੂ ਦੇ ਬਰਾਬਰ ਹੋਣ ਉਹ ਇੱਕ ਦੂਸਰੇ ਦੇ ਡੈਸ਼ ਹੁੰਦੀਆਂ ਹਨ ਉਹ ਕੀ ਹੁੰਦੀਆਂ ਹਨ ਜੀ ਬਰਾਬਰ ਹੁੰਦੀਆਂ ਹਨ ਅਗਲਾ ਕੁਸ਼ਨ ਆਪਣੇ ਕੋਲ ਹੈ ਜੀ ਕਿ ਜੋ POQ ਇੱਕ ਕੁਸਰ ਲਿਖਾਇਆ ਇਹ ਦੇਖੋ ਇੱਕ ਸਿੱਧੀ ਰੇਖਾ ਦਿੱਤੀ ਹੋਈ ਹੈ ਤੇ ਆਪਾਂ x ਦਾ ਮੁੱਲ ਪਤਾ ਕਰਨਾ ਹੈ ਤੇ ਆਪਾਂ ਨੂੰ ਪਤਾ ਹੈ ਕਿ ਸਲ ਰੇਖੀ ਕੋਣ ਇਹ ਪੂਰਾ ਜੋ ਕੋਣ ਹੈ ਇਹ ਸਾਰਾ ਮਿਲਾ ਕੇ ਸਾਰਿਆਂ ਨੂੰ ਮਿਲਾ ਕੇ 180 ਡਿਗਰੀ ਬਣਦਾ ਹੈ ਇੱਥੇ ਦੇਖੋ ਕਿਹੜੇ-ਕਿਹੜੇ ਕੋਣ ਹਨ ਆਪਣੇ ਕੋਲ 40 ਡਿਗਰੀ ਹੈ ਫਿਰ 4x ਹੈ ਤੇ 3x ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਜੋੜ ਕੇ ਆਪਣੇ ਕੋਲ ਕਿਸ ਦੇ ਇਕੁਅਲ ਟੂ ਆ ਜਾਏਗਾ 180 ਦੇ ਆਪਾਂ x ਦਾ ਮੁੱਲ ਪਤਾ ਕਰਨਾ ਹੈ ਤੇ ਦੇਖੋ 40 ਇਸੇ ਤਰ੍ਹਾਂ ਆ ਜਾਏਗਾ 4x ਤੇ 3x ਇਹ ਮਿਲ ਕੇ ਬਣ ਗਿਆ 7x 180 7x ਇਸੇ ਤਰ੍ਹਾਂ ਰਹੇਗਾ 180 ਦੇ ਵਿੱਚੋਂ ਆਪਾਂ 40 ਨੂੰ ਘਟਾ ਦਵਾਂਗੇ ਤੇ 140 ਆ ਜਾਏਗਾ ਤੇ ਇੱਥੇ ਦੇਖੋ ਹੁਣ 7x ਆਪਣੇ ਕੋਲ 140 ਦੇ ਬਰਾਬਰ ਆ ਗਿਆ ਹੈ ਤੇ x ਕਿਸ ਦੇ ਬਰਾਬਰ ਆ ਜਾਏਗਾ ਜੀ 140 7 ਤੇ ਕਟਿੰਗ ਕਰ ਦਵਾਂਗੇ 7 ਦੇ ਪਹਾੜੇ 'ਤੇ 14 ਕੱਟਿਆ ਜਾਏਗਾ ਇਹ 140 20 ਤੇ ਇਟ ਮੀਨ ਆਪਣੇ ਕੋਲ ਜੋ x ਦਾ ਮੁੱਲ ਹੈ ਉਹ ਕਿੰਨਾ ਆ ਗਿਆ ਹੈ 20 ਦੇ ਬਰਾਬਰ ਆ ਗਿਆ ਹੈ ਜੀ ਤੇ a ਆਪਸ਼ਨ ਆ ਜਾਏਗੀ ਜੀ ਅਗਲਾ ਕੁਸ਼ਣ ਆਪਣੇ ਕੋਲ ਹੈ ਜੀ ਇਠਾ ਦਿੱਤੇ ਵਿੱਚੋਂ ਕਿਹੜਾ ਤਿਕੋਣਾ ਦੀ ਸਰਬੰਗ ਸਮਤਾ ਲਈ ਮਾਪਦੰਡ ਨਹੀਂ ਹੈ ਇਹ ਚਾਰ ਆਪਸ਼ਨ ਦਿੱਤੀਆਂ ਹਨ ਇਹਨਾਂ ਵਿੱਚੋਂ ਜੋ ਸਰਬੰਗ ਸਮਤਾ ਦਾ ਮਾਪ ਕਿਹੜਾ ਨਹੀਂ ਹੈ ਉਹ ਹੈ ਜੀ ਸੀ ਆਪਸ਼ਨ ਐਸ ਐਸ ਏ ਜੋ ਹੈ ਉਹ ਸਰਬੰਗ ਸਮਤਾ ਦਾ ਮਾਪ ਨਹੀਂ ਹੁੰਦਾ ਹੈ ਜੀ ਤੇ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲੇ ਕੁਸ਼ਣ ਦੇ ਵਿੱਚ ਦੇਖੋ ਆਪਾਂ ਨੂੰ ਕੀ ਕਿਹਾ ਗਿਆ ਹੈ ਕਿ AB ਜੋ ਹੈ ਉਹ QR ਦੇ ਇਕੁਅਲ ਹੈ BC PR ਦੇ ਇਕੁਅਲ ਹੈ ਤੇ CA PQ ਦੇ ਇਕੁਅਲ ਹੈ ਚਾਰ ਆਪਸ਼ਨ ਦਿੱਤੀਆਂ ਹਨ ਕਿਹੜੀਆਂ ਦੋ ਟ੍ਰਾਇੰਗਲਸ ਸਰਬੰਗ ਸਮ ਹੋਣਗੀਆਂ ਕਿ ਇਸ ਕੰਡੀਸ਼ਨ ਨੂੰ ਫਿਲਫਿਲ ਕਰਨ ਤੇ ਧਿਆਨ ਨਾਲ ਦੇਖੋ ਆਪਾਂ ਦੇਖਣਾ ਹੈ AB ਕਿਸ ਦੇ ਇਕੁਅਲ ਟੂ ਹੈ QR ਆਪਾਂ ਹੁਣ ਹਰ ਜਗ੍ਹਾ ਤੇ AB ਤੇ QR ਦੀ ਪੋਜੀਸ਼ਨ ਦੇਖਣੀ ਹੈ ਸੇਮ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦੇਖੋ ਇੱਥੇ AB ਦੀ ਪੋਜੀਸ਼ਨ ਪਹਿਲੀ ਦੋ ਹੈ ਤੇ ਇੱਥੇ ਪਹਿਲੀਆਂ ਦੋ PQ ਹੈ ਗਲਤ ਹੋ ਗਿਆ ਜੀ ਇਹ ਨਹੀਂ ਹੋ ਸਕਦਾ ਇਥੇ ਏ ਬੀ ਦੀ ਪੋਜੀਸ਼ਨ ਕਿਹੜੀ ਹੈ ਪਹਿਲੀ ਤੀਸਰੀ ਪਹਿਲ ਦੂਸਰੀ ਤੇ ਤੀਸਰੀ ਤੇ ਦੂਸਰੀ ਤੀਸਰੀ ਤੇ ਇਥੇ ਕੀ ਹੈ ਕਯੂ ਆਰ ਦੇਖੋ ਏ ਬੀ ਦੀ ਪੋਜੀਸ਼ਨ ਕਯੂ ਆਰ ਦੇ ਬਰਾਬਰ ਹੋਣੀ ਚਾਹੀਦੀ ਹੈ ਏ ਬੀ ਦੀ ਪੋਜੀਸ਼ਨ ਹੈ ਦੂਸਰੀ ਤੀਸਰੀ ਤੇ ਇਥੇ ਆਰ ਕਯੂ ਬੀ ਕਯੂ ਆਰ ਮਤਲਬ ਆਰ ਕਯੂ ਦੂਸਰੀ ਤੀਸਰੀ ਤੇ ਇਹ ਹੋ ਸਕਦਾ ਹੈ ਅਗਲਾ ਦੇਖ ਲੈਂਦੇ ਹਾਂ ਏ ਬੀ ਹੈ ਪਹਿਲੇ ਦੋ ਤੇ ਇਥੇ ਪਹਿਲੇ ਦੋ ਪੀ ਤੇ ਆਰ ਹੈ ਜੋ ਕਿ ਗਲਤ ਹੋ ਗਿਆ ਇਥੇ ਪਹਿਲਾ ਤੇ ਤੀਸਰਾ ਏ ਬੀ ਹੈ ਤੇ ਪਹਿਲਾ ਤੀਸਰਾ ਇੱਥੇ ਪੀ ਆਰ ਹੈ ਏ ਬੀ ਗਲਤ ਹੋ ਗਿਆ ਇਟ ਮੀਨ ਆਪਣੇ ਕੋ ਬੀ ਆਪਸ਼ਨ ਸਹੀ ਹੈ ਕਿ ਇਸ ਤਰ੍ਹਾਂ ਜੋ ਬੀ ਸੀ ਦੀ ਪੋਜੀਸ਼ਨ ਹੈ ਉਹ ਪੀ ਆਰ ਦੀ ਪੋਜੀਸ਼ਨ ਹੋ ਜਾਏਗੀ ਦੇਖੋ ਬੀ ਸੀ ਦੀ ਪੋਜੀਸ਼ਨ ਪੀ ਆਰ ਦੀ ਪੋਜੀਸ਼ਨ ਹੋ ਗਈ ਤੇ ਇਸ ਤਰ੍ਹਾਂ ਹੀ ਜੋ ਸੀ ਏ ਦੀ ਪੋਜੀਸ਼ਨ ਹੈ ਉਹ ਪੀ ਕੇ ਦੀ ਪੋਜੀਸ਼ਨ ਇਸੇ ਦੇ ਵਿੱਚ ਆਏਗੀ ਜੀ ਹੋਰ ਕਿਸੇ ਦੇ ਵਿੱਚ ਨਹੀਂ ਆਏਗੀ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਅਗਲਾ ਹੈ ਜੀ ਇੱਕ ਚਤਰਪੂਜ ਦੇ ਤਿੰਨ ਕੋਣ ਦਿੱਤੇ ਹੋਏ ਹਨ ਤੇ ਚੌਥਾ ਕੋਣ ਆਪਾਂ ਪਤਾ ਕਰਨਾ ਹੈ ਦੇਖੋ ਚਤਰਪੂਜ ਦੀਆਂ ਆਪਣੇ ਕੋ ਚਾਰ ਪੁਜਾਵਾ ਹੁੰਦੀਆਂ ਹਨ ਇਸ ਤਰ੍ਹਾਂ ਇਸ ਦੇ ਚਾਰ ਕੋਣ ਹੁੰਦੇ ਹਨ ਤੇ ਚਾਰੇ ਕੋਣਾ ਦਾ ਜੋ ਜੋੜ ਹੈ ਕਿਸ ਦੇ ਬਰਾਬਰ ਹੁੰਦਾ ਹੈ 360 ਦੇ ਬਰਾਬਰ ਤਿੰਨ ਕੋਣ ਦਿੱਤੇ ਆ ਤਿੰਨਾ ਕੋਣਾ ਨੂੰ ਪਹਿਲਾਂ ਆਪਾਂ ਜੋੜ ਲਵਾਂਗੇ 75 ਤੇ 75 ਆਪਣੇ ਕੋ 150 ਹੋ ਗਿਆ 150 ਹੋ ਗਿਆ ਤੇ 150 ਦੇ ਵਿੱਚ ਆਪਾਂ 90 ਜੋੜ ਦੇਵਾਂਗੇ ਤੇ ਦੇਖੋ ਕਿੰਨਾ ਆਏਗਾ ਜੀ 240 ਕੁੱਲ ਜੋੜ ਕਿੰਨਾ ਹੈ 360 360 ਦੇ ਵਿੱਚੋਂ 240 ਜੋ ਹੈ ਇਹਨਾਂ ਦਾ ਜੋੜੋ ਘਟਾ ਦੇਵਾਂਗੇ ਤੇ ਆਪਣੇ ਕੋ ਕਿੰਨਾ ਬਚੇਗਾ 120 ਇਟ ਮੀਨ ਜੋ ਚੌਥਾ ਕੋਣ ਹੈ ਉਹ ਕਿਸ ਦੇ ਇਕੁਅਲ ਟੂ ਆ ਜਾਏਗਾ 120 ਦੇ ਬਰਾਬਰ ਆ ਜਾਏਗਾ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਹੈ ਚਿੱਤਰ ਵਿੱਚ ਜੇਕਰ ABC ਏ ਬੀ ਸੀ ਦੇਖੋ ਕੋਣ ਕਿਹੜਾ ਕੋਣ ਹੈ ਜੀ ਏ ਬੀ ਸੀ ਇਹ ਵਾਲਾ ਕੋਣ ਇਹ B ਡਿਗਰੀ ਹੈ ਤਾਂ ਏ ਓ ਸੀ ਇਹ ਦੇਖੋ ਜੋ ਏ ਬੀ ਸੀ ਕੋਣ ਹੈ ਉਹ ਕਿਸ ਚਾਪ ਦੇ ਦੁਆਰਾ ਬਣਾਇਆ ਗਿਆ ਏ ਸੀ ਚਾਪ ਦੇ ਦੁਆਰਾ ਇਹ ਏ ਸੀ ਚਾਪ ਦੇ ਦੁਆਰਾ ਚੱਕਰ ਦੇ ਉੱਪਰ ਕੋਣ ਬਣਿਆ ਹੈ ਤੇ ਇਹ ਵੀ ਜੋ ਕੋਣ ਹੈ ਏ ਓ ਸੀ ਇਹ ਵੀ ਏ ਸੀ ਚਾਪ ਦੁਆਰਾ ਹੀ ਬਣਿਆ ਲੇਕਿਨ ਚੱਕਰ ਦੇ ਕੇਂਦਰ ਤੇ ਤੇ ਚੱਕਰ ਦੇ ਕੇਂਦਰ ਤੇ ਜੋ ਕੋਣ ਹੁੰਦਾ ਹੈ ਉਹ ਚੱਕਰ ਦੀ ਚਾਪ ਤੇ ਜੋ ਬਣਿਆ ਕੋਣ ਹੈ ਰਿਮੇਨਿੰਗ ਪਾਰਟ ਤੇ ਤੋ ਉਹ ਉਸ ਤੋਂ ਕੀ ਹੁੰਦਾ ਦੁੱਗਣਾ ਹੁੰਦਾ ਹੈ ਇਟ ਮੀਨ ਇਹ ਬੜਾ ਜੋ ਕੋਣ ਹੈ ਉਹ ਇਸ ਤੋਂ ਦੁੱਗਣਾ ਹੋਏਗਾ 2 ਗੁਣਾ ਤੇ 20 ਨੂੰ ਦੋ ਨਾਲ ਗੁਣਾ ਕਰਾਂਗੇ 40 ਇਟ ਮੀਨ ਇਹ ਜੋ ਕੋਣ ਹੈ ਉਹ 40 ਡਿਗਰੀ ਦਾ ਹੋ ਜਾਏਗਾ ਜੀ ਤੇ ਆਓ ਅਗਲਾ ਕੁਸ਼ਚਨ ਦੇਖਦੇ ਹਾਂ ਜੀ ਅਗਲਾ ਕੁਸ਼ਚਨ ਹੈ ਕਿ ਇੱਕ ਤ੍ਰਿਭੁਜ ਦੀ ਤੀਜੀ ਭੁਜਾ ਦੀ ਲੰਬਾਈ ਦੱਸਣੀ ਹੈ ਜਦੋਂ ਉਸ ਦੀਆਂ ਦੋ ਭੁਜਾਵਾਂ ਦਿੱਤੀਆਂ ਹੋਣ 8 ਸੈਂਟੀਮੀਟਰ ਤੇ 11 ਸੈਂਟੀਮੀਟਰ ਤੇ ਉਸ ਦਾ ਪਰਿਮਾਪ ਆਪਾਂ ਨੂੰ ਦਿੱਤਾ ਹੋਇਆ ਹੈ 32 ਸੈਂਟੀਮੀਟਰ ਤੇ ਇਹਨਾਂ ਦੋਵਾਂ ਨੂੰ ਜੇ ਜੋੜਾਂਗੇ ਤੇ ਇਹ ਆਪਣੇ ਕੋਲ ਬਣ ਜਾਏਗਾ 19 8 ਤੇ 11 19 ਤੇ 19 ਨੂੰ ਆਪਾਂ 32 ਦੇ ਵਿੱਚੋਂ ਘਟਾ ਦੇਣਾ ਹੈ 32 ਦੇ ਵਿੱਚੋਂ 19 ਨੂੰ ਘਟਾਵਾਂਗੇ ਦੇਖੋ ਕਿੰਨਾ ਆਏਗਾ 9 ਤੇ 3 12 ਤੇ 1 13 ਇਟ ਮੀਨ ਜੋ ਤੀਸਰੀ ਪੂਜਾ ਹੈ ਉਸਦਾ ਆਪਣੇ ਕੋਲ ਤੀਸਰੀ ਪੂਜਾ ਦੀ ਲੰਬਾਈ ਕਿੰਨੀ ਹੋ ਜਾਏਗੀ 13 ਸੈਂਟੀਮੀਟਰ ਹੋ ਜਾਏਗੀ ਜੀ ਅਗਲਾ ਕੁਸ਼ਣ ਆਪਣੇ ਕੋਲ ਹੈ ਜੀ ਲੰਬ ਚੱਕਰੀ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਦੇਖੋ ਸ਼ੰਕੂ ਆਪਣੇ ਕੋਲ ਇਸ ਤਰ੍ਹਾਂ ਹੁੰਦਾ ਹੈ कौन जिसूँ इस बकर सतह मतलब ये जो कर्वड सरफेस है इसका अपने को सरफेस एरिया कि बकर सत्ता खेत्रफल कि आर एल अगला है जी अर्ध गोले की कुल सतह का खेत्रफल अर्ध गोला देखो अपने को इस तरह अद्धा गोला इसल सत्ता का खेत्रफल पता करना है कुल सत्ता के उपरों ढकन बंद हों इसकी कुल सत्ता खेत्रफल अपने को आ जाएगा तीन पाई आर दी कर दो ਜੇਕਰ ਇਸਦੀ ਵੀ ਬੱਕਰ ਸਤ੍ਹਾ ਪੁੱਛਿਆ ਜਾਂਦਾ ਜਿਸ ਤਰ੍ਹਾਂ ਉੱਪਰ ਸ਼ੰਕੂ ਦੀ ਬੱਕਰ ਸਤ੍ਹਾ ਪੁੱਛਿਆ ਜਾਂਦਾ ਹੈ ਤੇ ਬੱਕਰ ਸਤ੍ਹਾ ਖੇਤਰਫਲ ਜੋ ਅਰਧ ਗੋਲੇ ਦਾ ਹੁੰਦਾ ਹੈ ਉਹ 2 ਪਾਈ r ਹੁੰਦਾ ਹੈ ਪਰ ਇੱਥੇ ਬੱਕਰ ਸਤ੍ਹਾ ਦਾ ਨਹੀਂ ਪੁੱਛਿਆ ਗਿਆ ਹੈ ਇੱਥੇ ਪੁੱਛਿਆ ਗਿਆ ਹੈ ਕੁੱਲ ਸਤ੍ਹਾ ਖੇਤਰਫਲ ਤੇ ਇੱਕ ਅਰਧ ਗੋਲੇ ਦੀ ਕੁੱਲ ਸਤ੍ਹਾ ਖੇਤਰਫਲ ਕਿੰਨਾ ਹੁੰਦਾ ਹੈ 3 ਪਾਈ r ਦੀ ਘਾਤ 2 ਹੁੰਦਾ ਹੈ ਜੀ ਅਗਲਾ ਹੈ ਜੀ ਵਰਗ ਅੰਤਰਾਲ 90 ਤੋਂ 120 ਦਾ ਵਰਗ ਚਿੰਨ ਆਪਾਂ ਪਤਾ ਕਰਨਾ ਹੈ ਤੇ ਵਰਗ ਚਿੰਨ ਪਤਾ ਕਿਸ ਤਰ੍ਹਾਂ ਕਰਨਾ ਹੁੰਦਾ ਹੈ ਦੋਵਾਂ ਨੂੰ ਆਪਾਂ ਜੋੜ ਦੇਣਾ ਹੁੰਦਾ ਹੈ ਜੋੜ ਕੇ 2 ਕਰ ਦੇਣਾ ਹੈ 90 ਤੇ 120 ਨੂੰ ਜੋੜਾਂਗੇ 210 210 2 ਕਟਿੰਗ ਕਰ ਦੇਵਾਂਗੇ 210 ਦੀ 2 ਦੇ ਨਾਲ 105 ਇਟਮੀਨ ਆਪਣੇ ਕਿਸ ਦਾ ਵਰਗ ਚਿੰਨ ਕਿੰਨਾ ਆ ਜਾਏਗਾ 105 ਆ ਜਾਏਗਾ ਜੀ ਅਗਲਾ ਕੁਸ਼ਣ ਹੈ ਜੀ ਵਰਗ ਅੰਤਰਾਲਾ 10 ਤੋਂ 20 20 ਤੋਂ 30 ਵਿਚ ਸੰਖਿਆ 20 ਨੂੰ ਕਿਸ ਵਰਗ ਅੰਤਰਾਲ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਹ ਦੇਖੋ 10 ਤੋਂ 20 ਤੇ 20 ਤੋਂ 30 ਤੇ ਆਪਾਂ 20 ਨੂੰ ਕਿੱਥੇ ਰੱਖਣਾ ਹੈ 20 ਆਪਾਂ ਰੱਖਣਾ ਹੈ ਜਿੱਥੋਂ 20 ਸਟਾਰਟ ਹੋ ਰਿਹਾ ਹੈ ਕਿਉਂਕਿ 10 ਤੋਂ 20 ਦਾ ਮਤਲਬ ਹੈ ਕਿ ਆਪਾਂ 10 ਤੋਂ 19 ਤੱਕ ਇਸ ਦੇ ਵਿੱਚ ਕਾਊਂਟ ਕਰਨਾ ਹੈ 20 ਵਾਲਾ ਨੰਬਰ ਇਸ ਦੇ ਵਿੱਚ ਕਾਊਂਟ ਕਰਨਾ ਹੈ 20 ਤੋਂ 30 ਦੇ ਵਿੱਚ 20 ਤੋਂ 30 ਦੇ ਵਿੱਚ ਵੀ ਆਪਾਂ 20 ਤੋਂ ਲੈ ਕੇ 29 ਤੱਕ ਨੰਬਰ ਕਾਊਂਟ ਕਰਨੇ ਹਨ ਇਸ ਦੇ ਵਿੱਚ 30 ਕਾਊਂਟ ਨਹੀਂ ਕਰਨਾ ਹੈ ਜੀ ਤੇ ਆਓ ਅਗਲਾ ਕੁਸ਼ਚਨ ਦੇਖਦੇ ਹਾਂ ਜੀ ਤੇ ਅਗਲਾ ਕਲਾਸਮਾਨ ਆਪਣੇ ਕੋ ਹੈ ਜੀ ਖਾਲੀ ਥਾਵਾਂ ਭਰੋ ਵਾਲੇ ਕੁਐਸਚਨਸ ਹਨ ਜੀ ਤੇ ਪਹਿਲਾ ਕੁਐਸਚਨ ਹੈ ਅ ਪਰमेय ਸੰਖਿਆ ਦਾ ਜੋ ਦਸ਼ਮਲਵ ਵਿਸਤਾਰ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਹੁੰਦਾ ਹੈ ਜੀ ਅਸ਼ਾਂਤ ਅਣ ਅਵਰਤੀ ਤੇ ਪਹਿਲੀ ਖਾਲੀਥਾਂ ਦੇ ਵਿੱਚ ਆ ਜਾਏਗਾ ਅਸ਼ਾਂਤ ਅਨਵਰਤੀ ਦੂਸਰਾ ਹੈ ਜੇਕਰ x y z 0 ਹੋਵੇ ਤਾਂ x ਦੀ ਘਾਤ 3 y ਦੀ ਘਾਤ 3 z ਦੀ ਘਾਤ 3 ਹੁੰਦਾ ਹੈ ਉਹ ਹੁੰਦਾ ਹੈ ਜੀ 3xyz ਦੇ ਬਰਾਬਰ ਦੋ ਚੱਲਾਂ ਵਾਲੀ ਰੇਖੀ ਸਮੀਕਰਨਾ ਦੇ ਡੈਸ਼ ਹੱਲ ਹੁੰਦੇ ਹਨ ਤੇ ਇਸਦੇ ਆ ਜਾਏਗਾ ਜੀ ਅਨੇਕ ਹੱਲ ਹੁੰਦੇ ਹਨ ਇਸ ਦਾ ਕਿਹਾ ਜਾਏਗਾ ਅਨੇਕ ਹੱਲ ਹੁੰਦੇ ਹਨ ਜੀ ਦੋ ਸਮਾਂਤਰ ਰੇਖਾਵਾਂ ਵਿਚ ਇਹਨਾਂ ਦੇ ਕਾਟਮੀ ਰੇਖਾ ਦੇ ਇੱਕੇ ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਉਹ ਹੁੰਦਾ ਹੈ ਜੀ 180 ਇਸ ਤਰ੍ਹਾਂ ਜੋ ਦੋਨੇ ਇੱਕੋ ਪਾਸੇ ਕੋਣ ਬਣਦੇ ਹਨ ਉਹਨਾਂ ਦਾ ਜੋੜ 180 ਹੁੰਦਾ ਹੈ ਜੀ ਜੇਕਰ ਤ੍ਰਿਭੁਜ ABC ਸਰਬੰਗ ਸਮ ਹੈ PQR ਦਾ AC AC ਦੇਖੋ ਪਹਿਲਾ ਤੀਸਰਾ ਇੱਥੇ ਪਹਿਲਾ ਤੀਸਰਾ ਕਿਹੜਾ ਹੈ ਜੀ PR ਇਟ ਮੀਨ AC ਕਿਸ ਦੇ ਬਰਾਬਰ ਆ ਜਾਏਗਾ PR ਦੇ ਕਿਸੇ ਸਮਾਂਤਰ ਚਤੁਰਭੁਜ ਦਾ ਇੱਕ ਵਿਕਰਣ ਉਸ ਨੂੰ ਦੋ ਡੈਸ਼ ਤ੍ਰਿਪੂਜਾਂ ਵਿੱਚ ਵੰਡਦਾ ਹੈ ਤੇ ਹੁਣ ਇਸ ਦਾ ਆਨਸਰ ਲਿਖਣਾ ਹੈ ਜੀ ਦੋ ਸਰਬੰਗ ਸਮ ਤ੍ਰਿਪੂਜਾਂ ਦੇ ਵਿੱਚ ਵੰਡਦਾ ਹੈ ਅੱਗੇ ਹੈ ਜੀ ਗੋਲੇ ਦਾ ਆਇਤਨ ਗੋਲੇ ਦਾ ਆਇਤਨ ਕਿਸ ਤਰ੍ਹਾਂ ਹੁੰਦਾ ਹੈ ਗੋਲਾ ਆਪਾਂ ਨੂੰ ਪਤਾ ਹੈ ਲਾਈਕ ਫੁੱਟਬਾਲ ਤੇ ਇਸ ਦਾ ਆਇਤਨ ਕਿੰਨਾ ਹੁੰਦਾ ਹੈ ਇਸ ਦਾ ਅਰਧ ਵਿਆਸ ਹੁੰਦਾ ਹੈ ਤੇ ਇਸ ਦਾ ਆਇਤਨ ਕਿੰਨਾ ਹੁੰਦਾ ਹੈ ਜੀ ਕਿੰਨੀ ਜੋ ਚੀਜ਼ ਹੈ ਉਹ ਇਸ ਦੇ ਅੰਦਰ ਭਰੀ ਜਾ ਸਕਦੀ ਹੈ ਗੋਲੇ ਦੇ ਉਸ ਦਾ ਆਇਤਨ ਹੁੰਦਾ ਹੈ 4/3 ਪਾਈ r ਦੀ ਘਾਤ 3 ਤੇ ਆ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਆਪਣੇ ਕੋ ਸਹੀ ਗਲਤ ਵਾਲੇ ਕੁਐਸਚਨ ਹਨ ਜੀ ਪਹਿਲਾ ਹੈ ਹਰੇਕ ਵਾਸਤਵਿਕ ਸੰਖਿਆ ਇੱਕ ਅਪਰਮੇ ਸੰਖਿਆ ਹੁੰਦੀ ਹੈ ਤੇ ਇਸ ਨੂੰ ਆਪਣੇ ਕੋ ਗਲਤ ਹੈ ਕਿਉਂਕਿ ਵਾਸਤਵਿਕ ਸੰਖਿਆ ਪਰਮੇ ਅਤੇ ਅਪਰਮੇ ਦੋਨੋਂ ਹੀ ਹੋ ਸਕਦੀਆਂ ਹਨ ਜੀ ਅਗਲਾ ਹੈ ਜੀ ਬਹੁਪਦ ਇਹ ਦਿੱਤਾ ਹੋਇਆ ਹੈ ਇਸ ਦੇ ਵਿੱਚ ਬਹੁਪਦ ਦੀ ਘਾਤ 6 ਹੈ ਤੇ ਨਜ਼ਰ ਆ ਰਿਹਾ ਹੈ x ਦੇ ਵਿੱਚ ਸਭ ਤੋਂ ਵੱਡੀ ਘਾਤ ਕਿੰਨੀ ਹੈ 6 ਹੈ ਇਟ ਮੀਨ ਇਹ ਸਹੀ ਹੈ ਜੀ ਉਹ ਵਸਤੂਆਂ ਜੋ ਇੱਕ ਦੂਸਰੇ ਦੇ ਸੰਪਾਤੀ ਹੋਣ ਉਹ ਇੱਕ ਦੂਸਰੇ ਦੇ ਬਰਾਬਰ ਨਹੀਂ ਹੁੰਦੀਆਂ ਹਨ ਇਹ ਗਲਤ ਹੈ ਜੀ ਜੋ ਸੰਪਾਤੀ ਹੁੰਦੀਆਂ ਹਨ ਉਹ ਬਰਾਬਰ ਵੀ ਹੁੰਦੀਆਂ ਹਨ ਅਗਲਾ ਹੈ ਜੀ ਸਮਾਂਤਰ ਚਤੁਰਪੁਜ ਦੇ ਵਿਕਰਣ ਇੱਕ ਦੂਜੇ ਤੇ ਲੰਭ ਹੁੰਦੇ ਹਨ ਜੀ ਤੇ ਇਹ ਸਾਨੂੰ ਆਪਣਾ ਕੋਈ ਗਲਤ ਹੈ ਜੋ ਸਮਚਤਤ੍ਰਪੁਜ ਹੁੰਦੀ ਹੈ ਉਸ ਦੇ ਵਿਕਰਣ ਲੰਬ ਹੁੰਦੇ ਹਨ ਸਮਾਂਤਰ ਚਤ੍ਰਪੁਜ ਦੇ ਵਿਕਰਣ ਇੱਕ ਤੁਜੇ ਤੇ ਲੰਬ ਨਹੀਂ ਹੁੰਦੇ ਹਨ ਇੱਕ ਚੱਕਰ ਵਿੱਚ ਸੰਬੰਧ ਲੰਬਾਈ ਦੀਆਂ ਸੀਮਤ ਜੀਵਾਮਾਂ ਹੁੰਦੀਆਂ ਹਨ ਤੇ ਇਹ ਸੋਣ ਗਲਤ ਹੈ ਜੀ ਚੱਕਰ ਦੇ ਵਿੱਚ ਅ ਅਨੇਕ ਅਸੀਮਤ ਜੋ ਜੀਵਾਮਾਂ ਹੁੰਦੀਆਂ ਹਨ ਜੀ ਜੇਕਰ ABC ਇੱਕ ਚਤ੍ਰਪੁਜ ਦੀਆਂ ਤਿੰਨ ਭੁਜਾਵਾਂ ਦੀ ਲੰਬਾਈ ਹੈ ਤਾਂ ਚਤ੍ਰਪੁਜ ਜੋ ਤ੍ਰਿਭੁਜ ਹੈ ਤ੍ਰਿਭੁਜ ਦਾ ਖੇਤਰਫਲ ਕਿੰਨਾ ਹੋਏਗਾ ਇਹ ਹੋਏਗਾ ਇਹ ਹੀਰੋ ਦਾ ਆਪਣੇ ਕੋ ਫਾਰਮੂਲਾ ਹੁੰਦਾ ਹੈ ਤੇ ਐਸ ਕੀ ਹੈ ਅਰਧ ਪਰਮਾਪ ਇਹ ਬਿਲਕੁਲ ਆਪਣੇ ਕੋ ਸਹੀ ਹੈ ਜੀ ਇਹ ਬੜਾ ਸਹੀ ਹੈ ਅਗਲਾ ਹੈ ਜੀ ਕਾਰਟੀਜਨ ਸਮਤਲ ਵਿੱਚ ਕਿਸੇ ਬਿੰਦੂ ਦੀ ਸਥਿਤੀ ਨਿਰਧਾਰਤ ਕਰਨ ਵਾਲੀਆਂ ਲੇਟਮੀ ਅਤੇ ਖੜਮੀ ਰੇਖਾਵਾਂ ਜਿੱਥੇ ਕੱਟਦੀਆਂ ਹਨ ਉਸ ਨੂੰ ਮੂਲ ਬਿੰਦੂ ਕਹਿੰਦੇ ਹਨ ਬਿਲਕੁਲ ਸਹੀ ਹੈ ਜੀ ਜਿਸ ਤਰ੍ਹਾਂ ਇੱਕ ਲੇਟਮੀ ਰੇਖਾ ਹੁੰਦੀ ਹੈ ਖੜਮੀ ਰੇਖਾ ਹੁੰਦੀ ਹੈ ਤੇ ਜਿੱਥੇ ਦੋਨੋਂ ਕੱਟਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਆਪਣੇ ਕੋ ਮੂਲ ਬਿੰਦੂ ਕਿਹਾ ਜਾਂਦਾ ਹੈ ਜੀ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਤੇ ਇਸ ਨੂੰ ਅੱਗੇ ਆਪਣੇ ਕੋ ਹੁਣ ਭਾਗ ਐਡਾ ਤੇ ਆਓ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਭਾਗ ਐਡਾ ਆਪਣੇ ਕੋ ਇਸ ਤਰ੍ਹਾਂ ਹੈ ਜੀ ਕਿ ਸਾਰੇ ਹੀ ਜੋ ਕੁਐਸਚਨ ਹਨ ਉਹ ਆਪਣੇ ਕੋ ਭਾਗ ਐਡੇ ਦੇ ਦੋ-ਦੁਆਂਕਾਂ ਦੇ ਹੋਣਗੇ ਜੀ ਪਹਿਲਾ ਕੁਐਸਚਨ ਆਪਣੇ ਕੋ ਹੈ ਸੈਲਵ ਕਰਨਾ ਇਹ ਦੋ ਬ੍ਰੈਕਟਸ ਦਿੱਤੀਆਂ ਹਨ ਇਹਨਾਂ ਨੂੰ ਮਲਟੀਪਲਾਈ ਕਰਨਾ ਹੈ ਤੇ ਦੇਖੋ ਇਸ ਨੂੰ ਕਿਸ ਤਰ੍ਹਾਂ ਮਲਟੀਪਲਾਈ ਕਰਨਾ ਹੈ ਜੀ ਪਹਿਲਾਂ ਆਪਾਂ ਜਦੋਂ ਦੋ ਬ੍ਰੈਕਟਸ ਨੂੰ ਇਸ ਤਰ੍ਹਾਂ ਮਲਟੀਪਲਾਈ ਕਰਨਾ ਹੈ ਤੇ ਪਹਿਲਾਂ ਫਰਸਟ ਮੈਂਬਰ ਪਹਿਲਾਂ ਫਰਸਟ ਮੈਂਬਰ ਇਸ ਤਰ੍ਹਾਂ ਰੱਖ ਲੈਣਾ ਹੈ ਦੂਸਰੀ ਪੂਰੀ ਬ੍ਰੈਕਟ ਤੇ ਉਸ ਦੇ ਬਾਅਦ ਇਹ ਦੂਸਰਾ ਮੈਂਬਰ ਆ ਜਾਏਗਾ ਜੀ ਤੇ ਫਿਰ ਦੂਸਰੀ ਪੂਰੀ ਬ੍ਰੈਕਟ ਤੇ ਇੱਕ ਵਾਰ ਫਿਰ ਦੇਖੋ ਪਹਿਲੇ ਮੈਂਬਰ ਦੇ ਨਾਲ ਪੂਰੀ ਬ੍ਰੈਕਟ ਇਹ ਵਾਲਾ ਹੋ ਗਿਆ ਜੀ ਦੂਸਰੇ ਮੈਂਬਰ ਦੇ ਨਾਲ ਪੂਰੀ ਬ੍ਰੈਕਟ ਇਹ ਵਾਲਾ ਹੋ ਗਿਆ ਜੀ ਤੇ ਹੁਣ ਇਸ ਨੂੰ ਆਪਾਂ ਅੰਦਰ ਮਲਟੀਪਲਾਈ ਕਰ ਦੇਣਾ ਹੈ ਦੇਖੋ 5 ਨੂੰ ਪਹਿਲਾਂ 2 ਨਾਲ ਕਰਾਂਗੇ 10 5 ਨੂੰ √5 ਨਾਲ ਕਰਾਂਗੇ ਤੇ 5√5 ਇਸੇ ਤਰ੍ਹਾਂ ਆ ਜਾਏਗਾ √7 ਨੂੰ ਫਿਰ 2 ਨਾਲ ਕਰਾਂਗੇ ਤੇ 2√7 ਆ ਜਾਏਗਾ ਤੇ √7 ਨੂੰ ਜਦੋਂ ਆਪਾਂ ਵਰਗਮੂਲ 7 ਨੂੰ ਵਰਗਮੂਲ 5 ਨਾਲ ਕਰਾਂਗੇ ਤੇ ਵਰਗਮੂਲ ਦੇ ਅੰਦਰ 7 5 ਕਿੰਨਾ ਆ ਜਾਏਗਾ ਵਰਗਮੂਲ 35 ਆ ਜਾਏਗਾ ਜੀ ਇੱਥੇ ਤੇ ਇਹ ਇਸ ਨੂੰ ਆਪਣਾ ਕੋ ਪਹਿਲਾ ਕੁਸ਼ਚਨ ਹੋ ਗਿਆ ਜੀ ਇਹ ਆਪਾਂ ਇਸ ਨੂੰ ਸੋਲਵ ਕਰ ਲਿਆ ਹੈ ਜੀ ਤੇ ਆਓ ਅਗਲਾ ਕੁਸ਼ਚਨ ਦੇਖਦੇ ਹਾਂ ਜੀ ਸੋ ਅਗਲੇ ਕੁਸ਼ਚਨ ਦੇ ਵਿੱਚ ਹੈ ਜੇਕਰ ਆਪਣੇ ਕੋ x y ਜੋ ਹੈ ਉਹ w z ਦੇ ਬਰਾਬਰ ਹੈ ਤਾਂ ਆਪਾਂ ਸਿੱਧ ਕਰਨਾ ਹੈ ਕਿ ਜੋ a o b ਹੈ ਇਹ ਦੇਖੋ a o b ਇਹ ਬੜੀ ਜੋ ਹੈ a o b ਇੱਕ ਰੇਖਾ ਇਹ ਆਪਾਂ ਸਿੱਧ ਕਰਨਾ ਹੈ ਜੀ ਤੇ ਦੇਖੋ ਚਿੱਤਰ ਅਨੁਸਾਰ ਆਪਣੇ ਕੋ ਕੀ ਹੈ ਕਿ ਉਹ ਬਿੰਦੂ ਹੈ ਬਿੰਦੂ ਦੇ ਜੋ ਦੁਆਲੇ ਸਾਰੇ ਕੋਣ ਬਣਦੇ ਹਨ ਸਾਰੇ ਕੋਣਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ ਹੈ 360 ਇੱਕ ਬਿੰਦੂ ਦੇ ਆਲੇ ਦੁਆਲੇ ਬਣੇ ਕੋਣਾਂ ਦਾ ਜੋੜ ਕਿੰਨਾ ਹੁੰਦਾ 360 ਕਿਹੜੇ ਕੋਣ ਕਿਹੜੇ ਕਿਹੜੇ ਕੋਣ ਬਣੇ ਹਨ x y w ਅਤੇ z ਚਾਰ ਕੋਣ ਬਣੇ ਹਨ x y w ਅਤੇ z ਚਾਰਾਂ ਨੂੰ ਜੋੜ ਕੇ ਆਪਣੇ ਕੋ ਕਿੰਨਾ ਆ ਗਿਆ 360 ਤੇ ਹੁਣ ਧਿਆਨ ਨਾਲ ਦੇਖੋ ਜੋ डबल्यू प्लस जैड है वो किस दे बराबर है एक्स प्लस वाई दे बराबर ही है तो अपना डबल्यू प्लस जैड की जगह की लिख देना है एक्स प्लस वाई एक्स प्लस वाई इस तरह आ जाएगा तो डबल्यू प्लस जैड की जगह भी अपना एक्स प्लस वाई लिख देना है जी तो हूँ देखो अपने को एक्स भी कि है दो बार वाई भी कि बार तो इट मेन अपने को आ जाएगा जी दो बार एक्स आ गया है तो दो बार वाई ਹੁਣ ਦੋਹਾਂ ਦੇ ਵਿੱਚੋਂ ਆਪਾਂ ਦੋ ਨੂੰ ਸਾਂਝਾ ਕਰ ਲੈਣਾ ਹੈ ਜੀ ਸਾਂਝਾ ਕਰਕੇ ਆਪਣੇ ਕੋ ਅੰਦਰ ਆ ਗਿਆ x y ਹੁਣ ਇਸ ਦੋ ਦੇ ਨਾਲ ਆਪਾਂ ਇੱਥੇ ਡਿਵਾਈਡ ਕਰ ਦੇਣਾ ਹੈ ਇਸ ਤੋਂ ਬਾਅਦ ਦੇਖੋ ਇੱਥੇ ਆ ਗਿਆ ਆਪਾਂ x y 360 2 ਦੋ ਦੇ ਟੇਬਲ ਚ ਕਟਿੰਗ ਕਰ ਦਾਂਗੇ ਤੇ 180 ਆ ਜਾਏਗਾ x y ਆਪਣੇ ਕੋ ਕਿੰਨਾ ਆ ਗਿਆ ਹੈ ਜੀ 180 ਤੇ ਧਿਆਨ ਨਾਲ ਦੇਖੋ ਜੋ x y ਹੈ ਉਹ ਕੀ ਬਣ ਰਿਹਾ ਇੱਕ ਰੇਖੀ ਜੋੜਾ ਬਣ ਰਿਹਾ ਹੈ ਤੇ ਰੇਖੀ ਜੋੜੇ ਦਾ ਜੇਕਰ ਆਪਣੇ ਕੋ ਇਸ ਤਰ੍ਹਾਂ ਜੋ ਐਡਜਸੈਂਟ ਐਂਗਲ ਜਾਂ ਇਸ ਨੂੰ ਲਾਗਲੇ ਕੋਣ ਕਹਿ ਸਕਦੇ ਆਪਾਂ ਕਿ x ਤੇ y ਆਪਣੇ ਕੋ ਕੀ ਹਨ ਲਾਗਲੇ ਕੋਣ ਹਨ ਤੇ ਜੇਕਰ ਲਾਗਲੇ ਕੋਣਾਂ ਦਾ ਜੋੜ ਆਪਣੇ ਕੋ ਕਿੰਨਾ ਆ ਜਵੇ 180 ਤਾਂ ਉਹ ਬਣ ਜਾਂਦਾ ਹੈ ਰੇਖੀ ਜੋੜਾ ਪਰ x ਤੇ y ਕੀ ਬਣਾ ਰਹੇ ਹਨ ਰੇਖੀ ਜੋੜਾ ਬਣਾਉਂਦੇ ਹਨ ਤੇ ਰੇਖੀ ਜੋੜਾ ਵਿੱਚ ਇਹਨਾਂ ਦਾ ਆਨਸਰ ਕਿੰਨਾ ਆ ਗਿਆ ਆਪਣੇ ਕੋ 180 ਇਸ ਲਈ ਜੋ aob ਹੈ ਉਹ ਕੀ ਹੈ ਕਿ ਇੱਕ ਰੇਖਾ ਹੈ ਜੀ ਆਪਣੇ ਕੋ ਅਗਲਾ ਕੁਸ਼ਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਦਰਸਾਓ ਕੇ ਆਇਤ ਦਾ ਹਰੇਕ ਕੋਣ ਇੱਕ ਸਮਕੋਣ ਹੁੰਦਾ ਹੈ ਆਇਤ ਆਪਾਂ ਨੂੰ ਪਤਾ ਹੀ ਹੈ ਕਿ ਆਇਤ ਇਸ ਤਰ੍ਹਾਂ ਦੀ ਡਾਇਗਰਾਮ ਨੂੰ ਆਇਤ ਕਿਹਾ ਜਾਂਦਾ ਹੈ ਤੇ ਆਇਤ ਹੁੰਦਾ ਕੀ ਹੈ ਆਇਤ ਇੱਕ ਉਹ ਸਮਾਂਤਰ ਚਤਰਪੂਜ ਹੈ ਜਿਸ ਦਾ ਇੱਕ ਕੋਣ ਸਮਕੋਣ ਹੁੰਦਾ ਹੈ ਪਹਿਲਾਂ ਆਪਾਂ ਇਸ ਤਰ੍ਹਾਂ ਲਿਖਣਾ ਹੈ ਕਿ ਆਇਤ ਹੁੰਦੀ ਕੀ ਹੈ ਆਇਤ ਇੱਕ ਆਪਣੇ ਕੋ ਕੀ ਹੁੰਦਾ ਹੈ ਜੀ ਆਇਤ ਇੱਕ ਉਸ ਸਮਾਂਤਰ ਚਤੁਰਪੁਜ ਹੈ ਜਿਸ ਦਾ ਇੱਕ ਕੋਣ ਸਮਕੋਣ ਹੁੰਦਾ ਹੈ ਇਸ ਲਈ ਆਪਾਂ ਪਹਿਲਾਂ ਦਿੱਤਾ ਇਹ ਲਿਖਣਾ ਹੈ ਮੰਨ ਲਓ ABCD ਇੱਕ ਆਇਤ ਹੈ ਤੇ ਇਸ ਆਇਤ ਦੇ ਵਿੱਚ ਜਿਹੜਾ ਕੋਣ A ਹੈ ਉਹ ਕਿੰਨਾ ਆਪਾਂ ਲੈ ਲਿਆ ਹੈ 90 ਡਿਗਰੀ ਲੈ ਲਿਆ ਹੈ ਜੀ ABCD ਆਇਤ ਲੈਣੀ ਹੈ ਤੇ ਉਸ ਦੇ ਵਿੱਚ ਜੋ ਕੋੜਾ A ਕੋਣ ਹੈ ਉਹ 90 ਲੈ ਲੈਣਾ ਹੈ ਬਾਕੀ ਕੋਣ ਜੋ ਹਨ ਇਹ ਵਾਲੇ ਜੋ ਕੋਣ ਹਨ BC ਅਤੇ D ਇਹਨਾਂ ਨੂੰ ਆਪਾਂ ਸਿੱਧ ਕਰਨਾ ਹੈ ਕਿ BC ਅਤੇ D ਕੋਣ ਵੀ 90 ਦੇ ਬਰਾਬਰ ਹਨ ਤਾਂ ਹੀ ਜੋ ਹਰੇਕ ਕੋਣ 90 ਦੇ ਬਰਾਬਰ ਹੋਏਗਾ ਸਮਕੋਣ ਹੋਏਗਾ ਜੀ ਤੇ ਹੁਣ ਧਿਆਨ ਨਾਲ ਦੇਖੋ ਕਿ A ਅਤੇ D ਇਹ A ਕੋਣ ਅਤੇ D ਜੋ ਕੋਣ ਹਨ A ਕੋਣ ਅਤੇ D ਕੋਣ ਕਿਉਂਕਿ ਇਹ ਆਪਸ ਵਿੱਚ ਕੀ ਹਨ ਸਮਾਂਤਰ ਹਨ ਇਹ ਆਪਣੇ ਕੋ ਕਾਟਵੀਂ ਰੇਖਾ ਬਣ ਗਈ ਹੈ ਤੇ ਕਾਟਵੀਂ ਰੇਖਾ ਦੇ ਅੰਦਰਲੇ ਪਾਸੇ ਜੋ ਦੋਨੇ ਕੋਣ ਹਨ ਉਹਨਾਂ ਦਾ ਜੋੜ ਕਿੰਨਾ ਹੁੰਦਾ 180 ਤੇ ਇਹ ਮਤਲਬ A ਕੋਣ ਅਤੇ D ਕੋਣ ਦਾ ਜੋੜ 180 ਹੋਏਗਾ ਕਾਰਨ ਕੀ ਲਿਖਣਾ ਹੈ ਜੀ ਕਾਰਨ ਲਿਖਣਾ ਹੈ ਕਾਟਵੀ ਰੇਖਾ ਦੇ ਇੱਕੋ ਪਾਸੇ ਬਣੇ ਅੰਦਰਲੇ ਕੋਣਾਂ ਦਾ ਜੋੜ 180 ਹੁੰਦਾ ਹੈ A ਆਪਾਂ ਨੂੰ ਪਤਾ ਹੈ A ਕੋਣ ਕਿਸ ਦੇ ਬਰਾਬਰ ਹੈ 90 A ਦੀ ਜਗ੍ਹਾ 90 ਲਿਖ ਦੇਣਾ ਹੈ D ਇਸੇ ਤਰ੍ਹਾਂ ਹੁਣ 90 ਨੂੰ ਇੱਧਰ ਜਾ ਕੇ ਆਪਾਂ ਘਟਾ ਦੇਣਾ ਹੈ ਘਟਾ ਕੇ ਦੇਖੋ D ਦਾ ਕੋਣ ਆ ਜਾਏਗਾ D ਵਾਲਾ ਕੋਣ ਕਿੰਨਾ ਆਪਣੇ ਕੋ ਆ ਗਿਆ ਹੈ ਜੀ D ਵਾਲਾ ਕੋਣ ਵੀ ਆਪਣੇ ਕੋ 180 ਦੇ ਵਿੱਚੋਂ 90 ਘਟਾਵਾਂਗੇ 90 ਈਟ ਮੀਨ D ਵਾਲਾ ਕੋਣ ਵੀ ਆਪਣੇ ਕੋ 90 ਆ ਗਿਆ ਹੈ ਤੇ ਇਹ ਵਾਲਾ ਤਾਂ ਪਹਿਲਾਂ ਹੀ ਆਪਣੇ ਕੋਲ 90 ਸੀ ਤੇ ਪਤਾ ਹੈ ਆਪਾਂ ਨੂੰ ਜੋ ਆਇਤ ਜੋ ਸਮਾਂਤਰ ਚਤੁਰਭੁਜ ਹੈ ਸਮਾਂਤਰ ਚਤੁਰਭੁਜ ਦੇ ਜੋ ਸੰਮੁਖ ਆਮਨੇ ਸਾਹਮਨੇ ਵਾਲੇ ਕੋਣ ਬਰਾਬਰ ਹੁੰਦੇ ਹਨ ए सी ਦੇ ਬਰਾਬਰ ਹੋ ਜਾਏਗਾ ਤੇ बी डी ਦੇ ਬਰਾਬਰ ਹੋ ਜਾਏਗਾ ਜਿਹੜਾ ਸੀ ਕੋਣ ਹੈ ਉਹ ए ਕੋਣ ਦੇ ਬਰਾਬਰ ਹੋ ਜਾਏਗਾ ਬੀ ਕੋਣ ਡੀ ਕੋਣ ਦੇ ਬਰਾਬਰ ਹੋਏਗਾ ਕਾਰਨ ਕੀ ਹੈ ਕਿ ਸਮਾਂਤਰ ਚਤੁਰਭੁਜ ਦੇ ਸੰਮੂਹ ਕੋਣ ਆਪਸ ਵਿੱਚ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ ਤੇ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਗਿਆ ਸਾਰੇ ਹੀ ਜੋ ਕੋਣ ਹਨ ABCD ਸਾਰੇ ਹੀ 90 ਡਿਗਰੀ ਹੋ ਗਏ ਇਟ ਮੀਨ ਆਇਤ ਦਾ ਜੋ ਹਰੇਕ ਕੋਣ ਹੈ ਉਹ ਕਿਸ ਦੇ ਬਰਾਬਰ ਆ ਗਿਆ ਹੈ 90 ਡਿਗਰੀ ਕੋਣ ਦੇ ਬਰਾਬਰ ਆ ਗਿਆ ਹੈ ਜੀ ਅਗਲਾ ਕੁਸ਼ਨ ਆਪਣੇ ਕੋਲ ਸਤਰਾ ਹੈ ਜੀ ਇੱਕ ਗੋਲੇ ਦਾ ਅਰਧ ਵਿਆਸ ਪਤਾ ਕਰਨਾ ਹੈ ਜਿਸ ਦੀ ਸਤਾ ਦਾ ਖੇਤਰਫਲ 154 ਸੈਂਟੀਮੀਟਰ ਵਰਗ ਦਿੱਤਾ ਹੋਇਆ ਹੈ ਜੀ ਤੇ ਗੋਲਾ ਤੁਹਾਨੂੰ ਸਾਹਮਣੇ ਡਾਇਗਰਾਮ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਫੁੱਟਬਾਲ ਟਾਈਪ ਹੈ ਇਸ ਦਾ ਆਪਾਂ ਅਰਧ ਵਿਆਸ r ਪਤਾ ਕਰਨਾ ਹੈ ਗੋਲੇ ਦੀ ਸਤਾ ਦਾ ਖੇਤਰਫਲ ਆਪਾਂ ਨੂੰ ਦਿੱਤਾ 154 ਸੈਂਟੀਮੀਟਰ ਦਾ ਵਰਗ ਤੇ ਗੋਲੇ ਦੀ ਸਤਾ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ ਜੀ 4 ਪਾਈ r ਦੀ ਘਾਤ 2 ਤੇ ਇਹ ਦੇਖੋ 100 154 ਹੈ ਜੀ ਤੇ 4 दीजिएगा 4 লিখਾਂਗੇ पाई ਦੀ ਜਗ੍ਹਾ ਤੇ 22/7 ਤਿਆਰ ਦੀ ਘਾਤ दीजिएगा ਇਸ ਤਰ੍ਹਾਂ লিখਾਂਗੇ 154 ਵੀ ਇਸ ਤਰ੍ਹਾਂ ਆ ਜਾਏਗਾ ਹੁਣ ਇਹ ਜੋ 4 ਅਤੇ 22/7 ਹੈ ਇਸ ਨੂੰ ਆਪਾਂ ਦੂਜੇ ਪਾਸੇ ਲੈ ਜਾਣਾ ਹੈ ਦੂਜੇ ਪਾਸੇ ਲੈ ਜਾ ਕੇ ਇਹ 22/7 ਬਣ ਜਾਏਗਾ 7/22 4 ਬਣ ਜਾਏਗਾ 1/4 ਤੇ ਜੋ r ਦੀ ਘਾਤ 2 ਹੈ ਉਹ ਇੱਥੇ ਹੀ ਰਹੇਗਾ ਜੀ ਹੁਣ ਆਪਾਂ ਇਸ ਦੀ ਕਦਰ ਨਹੀਂ ਹੈ ਜੀ ਕਟਿੰਗ ਤੇ ਕਟਿੰਗ ਕਰਕੇ ਦੇਖੋ ਆਪਣੇ ਕੋ ਕਿੰਨਾ ਆ ਰਿਹਾ ਹੈ ਜੀ ਜੇਕਰ ਆਪਾਂ ਇਸ ਨੂੰ 11 ਦੇ ਭਾੜੇ ਵਿੱਚ ਕੱਟਦੇ ਹਾਂ ਤੇ ਦੇਖੋ 11 ਤੇ 2 ਆ ਜਾਏਗਾ ਇੱਥੇ 11 ਤੇ ਆਪਣੇ ਕੋ ਆ ਜਾਏਗਾ ਜੀ ਤੇ ਇਹ ਤੋਂ ਕੱਟਿਆ ਜਾਏਗਾ ਆਪਣੇ ਕੋ 14 ਤੇ ਫਿਰ 2 ਦੇ ਭਾੜੇ ਵਿੱਚ ਕੱਟਿਆ ਜਾਏਗਾ 7 ਤੇ ਉੱਪਰ ਦੇਖੋ ਆ ਗਿਆ 7749 نیچے ਆਪਣੇ ਕੋ 4 ਹੈ ਤੇ ਜਦੋਂ ਆਪਾਂ ਇਹ ਆ ਗਿਆ 49/4 ਇੱਥੇ ਵਰਗ ਹੈ ਤੇ ਵਰਗ ਨੂੰ ਹਟਾਵਾਂਗੇ ਤੇ ਇੱਧਰ ਆ ਜਾਏਗਾ ਵਰਗਮੂਲ तो उणंजा बटा चार उणंजा का वर्गमूल कि होंगे है सत्त चार वर्गमूल कि है जी दो इट मीन जो अर्धव्यास हो कि अपने को आ गया है जी सत्त बटा दो सेंटीमीटर ये अपने को किया गया उस गोले का अर्धव्यास आ गया है तो अर्धव्यास अपने को वाली जो लेंथ हो कि आ गई है सत्त बटा दो सेंटीमीटर आ गए है जी तो आउट हूँ आप नैक्सट भाग ईडी स्टार्ट करते हैं जी ਇਹ ਭਾਗ ਈ ਦੇ ਵਿੱਚ ਹਰੇਕ ਪ੍ਰਸ਼ਨ ਜੋ ਹੈ ਉਹ 4 ਅੰਕ ਦਾ ਹੋਏਗਾ ਜੀ ਪਹਿਲਾ ਕੁਸ਼ਣ ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਵਿੱਚੋਂ ਹਰੇਕ ਪ੍ਰਸ਼ਨ ਦਾ ਉੱਤਰ ਦਿਓ ਦੋ ਕੁਸ਼ਣ ਆਪਣੇ ਕੋਲ ਹਨ ਜੀ ਇਸ ਦੇ ਵਿੱਚ ਕਾਰਟੇਜ਼ੀਅਨ ਸਮਤਲ ਦੇ ਵਿੱਚ ਕਿਸੇ ਬਿੰਦੂ ਦੀ ਸਥਿਤੀ ਨਿਰਧਾਰਤ ਕਰਨ ਵਾਲੀਆਂ ਲੇਟਮੀ ਅਤੇ ਖੜਮੀ ਰੇਖਾਵਾਂ ਦੇ ਨਾਮ ਕੀ ਹਨ ਤੇ ਇਹਨਾਂ ਦੋ ਰੇਖਾਵਾਂ ਤੋਂ ਬਣੇ ਸਮਤਲ ਦੇ ਹਰੇਕ ਭਾਗ ਦੇ ਨਾਮ ਦੱਸਨੇ ਹਨ ਜੀ ਤੇ ਦੇਖੋ ਜਦੋਂ ਵੀ ਆਪਾਂ ਕਾਰਟੀਜ਼ਨ ਸਮਤਲ ਬਣਾਉਣੇ ਹਨ ਇਸ ਤਰ੍ਹਾਂ ਤੇ ਇਹ ਹੁੰਦਾ ਹੈ ਆਪਣੇ ਕੋਲ x ਤੁਰਾ ਜੋ ਲੇਟਮੀ ਰੇਖਾ ਹੁੰਦੀ ਹੈ ਉਹ x ਤੁਰਾ ਹੁੰਦਾ ਹੈ ਤੇ ਜੋ ਖੜਮੀ ਰੇਖਾ ਹੈ ਵਾਰੀ ਇਸ ਨੂੰ ਕਿਹਾ ਜਾਂਦਾ ਹੈ y ਤੁਰਾ ਲੇਟਮੀ ਰੇਖਾ ਨੂੰ x ਤੁਰਾ ਤੇ ਪਹਿਲੇ ਕੁਸ਼ਣ ਵਿੱਚ ਲਿਖਣਾ ਹੈ ਜੀ ਲੇਟਮੀ ਰੇਖਾ ਹੁੰਦੀ ਹੈ x ਤੁਰਾ ਤੇ ਖੜਮੀ ਰੇਖਾ ਹੁੰਦੀ ਹੈ y ਤੁਰਾ ਤੇ ਅਗਲਾ ਹੈ ਜੀ ਦੂਰ ਖਾਵਾਂ ਤੋਂ ਬਣੇ ਸਮਤਲ ਦੇ ਹਰੇਕ ਭਾਗ ਕਿੰਨੇ ਭਾਗ ਬਣ ਗਏ ਚਾਰ ਭਾਗ ਬਣ ਗਏ ਇੱਕ ਭਾਗ ਦੋ ਭਾਗ ਤਿੰਨ ਭਾਗ ਤੇ ਚਾਰ ਭਾਗ ਤੇ ਚਾਰੇ ਭਾਗ ਕੀ ਇਹਨਾਂ ਨੂੰ ਕਿਹਾ ਜਾਂਦਾ ਹੈ ਚੌਥਾਈਆਂ ਇਹ ਹੁੰਦੀਆਂ ਆਪਣੇ ਕੋਲ ਪਹਿਲੀ ਚੌਥਾਈ ਦੂਸਰੀ ਚੌਥਾਈ ਤੀਸਰੀ ਚੌਥਾਈ ਤੇ ਚੌਥੀ ਚੌਥਾਈ ਇਸ ਵਿੱਚ ਆਪਾਂ ਇਹ ਲਿਖ ਦੇਣਾ ਹੈ ਜੀ ਸਮਤਲ ਭਾਗ ਦੇ ਜਿਹੜੇ ਭਾਗ ਹੁੰਦੇ ਉਹ ਕਿਹੜੇ ਹਨ ਜੀ ਆਪਣੇ ਕੋਲ ਚੌਥਾਈਆਂ ਹਨ ਜੀ ਅਗਲਾ ਕੁਸ਼ਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਸਮੀਕਰਨ ਦਿੱਤੀ ਹੋਈ ਹੈ 2x y 7 ਇਸਦੇ ਕੋਈ ਚਾਰ ਹੱਲ ਪਤਾ ਕਰਨੇ ਹਨ ਕਾਫੀ ਇੰਪੋਰਟੈਂਟ ਹੈ ਇਸ ਤਰ੍ਹਾਂ ਹੱਲ ਕਰ ਕੋਰਨਰ ਕੁਸਚਨ ਤੁਹਾਨੂੰ ਜਰੂਰ ਆਏਗਾ ਜੀ ਸਟੇਟਮੈਂਟ ਚੇਂਜ ਵੀ ਹੋ ਸਕਦੀ ਹੈ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਹੈ ਜੋ ਇਹ ਰਕਮ ਹੈ ਲਿਖ ਲੈਣੀ ਹੈ ਜੀ 2x y 7 ਤੇ ਇਹ 2x ਨੂੰ ਆਪਾਂ ਦੂਸਰੇ ਪਾਸੇ ਸ਼ਿਫਟ ਕਰ ਦਿੱਤਾ ਹੈ y ਨੂੰ ਵੀ ਆਪਾਂ ਲੈ ਜਾ ਸਕਦੇ ਹਾਂ ਵੈਸੇ ਤਾਂ ਜਿਸ ਦੇ ਨਾਲ ਕੋਈ ਨੰਬਰ ਲੱਗਿਆ ਹੋਵੇ ਉਸ ਨੂੰ ਆਪਾਂ ਉਧਰ ਲੈ ਜੰਨੇ ਹਨ ਇੱਥੇ x ਦੇ ਨਾਲ ਨੰਬਰ ਹੈ ਤੇ x ਨੂੰ ਆਪਾਂ ਉਧਰ ਲੈ ਗਏ ਹਨ 2x ਉਧਰ ਜਾ ਕੇ ਘਟਾਉ ਦਾ ਹੋ ਜਾਏਗਾ ਕਿ ਆਪਣੇ ਕੋ ਆ ਗਿਆ y 7 2x ਹੁਣ ਇੱਕ ਇੱਕ ਕਰਕੇ ਆਪਾਂ ਵਿੱਚ ਨੰਬਰ ਭਰਨੇ ਹਨ ਦੇਖੋ ਪਹਿਲਾਂ ਆਪਾਂ ਇਸ ਦੇ ਵਿੱਚ ਭਰਨਾ ਹੈ ਮੈਂ ਇੱਥੇ ਅ ਇੱਕ ਪਰ ਇਹ ਪਹਿਲਾਂ ਪਰ ਤੁਸੀਂ ਪਹਿਲੇ ਨੰਬਰ ਤੇ 0 ਭਰ ਲੈਣਾ ਹੈ ਜੇ ਤੁਹਾਨੂੰ ਨੋਟ ਕਰਨਾ ਹੈ ਇਸ ਨੂੰ ਤੇ ਪਹਿਲਾਂ ਤੁਸੀਂ ਇਹ ਲਿਖ ਲੈਣਾ ਹੈ x 0 ਭਰਨ ਤੇ ਹੁਣ ਦੇਖੋ ਇੱਥੇ x ਦੀ ਜਗ੍ਹਾ ਤੇ ਆਪਾਂ 0 ਭਰ ਦੇਣਾ ਹੈ ਜੀ ਧਿਆਨ ਨਾਲ ਦੇਖੋ ਜਿੱਥੇ ਇੱਥੇ x ਹੈ ਉੱਥੇ ਆਪਾਂ 0 ਭਰ ਦਿੱਤਾ y ਫਿਰ 7 ਫਿਰ 2x x ਦੀ ਜਗ੍ਹਾ ਤੇ 0 ਭਰ ਦਿਓ ਤੇ 0 2 ਆਪਣੇ ਕੋਲ 0 ਆ ਜਾਏਗਾ 7 ਦੇ ਵਿੱਚੋਂ 0 ਘਟਾਵਾਂਗੇ ਤੇ 7 ਇਟ ਮੀਨ ਆਪਣੇ ਕੋਲ ਪਹਿਲਾ ਸੋਲੂਸ਼ਨ ਕਿਹੜਾ ਆ ਗਿਆ ਹੈ ਜੀ x ਨੂੰ ਆਪਾਂ 0 ਭਰਿਆ ਸੀ ਤੇ y ਦੀ ਵੈਲਿਊ 7 ਆ ਗਈ ਤੇ ਪਹਿਲਾ ਆਪਣੇ ਕੋਲ ਇਹ ਸੋਲੂਸ਼ਨ ਆ ਗਿਆ ਇਸ ਦਾ ਹੱਲ ਆ ਗਿਆ x 0 ਤੇ y 7 ਇਸ ਲਈ ਇਸ ਨੂੰ ਲਿਖਣਾ ਹੈ 0, 7 ਫਿਰ ਦੂਸਰੇ ਨੰਬਰ ਤੇ ਤੁਸੀਂ x ਨੂੰ 1 ਭਰਨਾ ਹੈ ਜੀ x ਦੀ ਜਗ੍ਹਾ ਤੇ ਹੁਣ ਆਪਾਂ 1 ਭਰ ਦੇਣਾ ਹੈ ਤੇ ਦੇਖੋ ਕੀ ਆ ਜਾਏਗਾ ਜਿੱਥੇ x ਹੈ ਉਸ ਦੀ ਜਗ੍ਹਾ ਤੇ ਇੱਕ ਭਰਨਾ ਹੈ ਬਾਕੀ ਸਾਰਾ ਸੇਮ ਲਿਖ ਲੈਣਾ ਹੈ ਤੇ ਜਦੋਂ ਹੁਣ ਆਪਾਂ 2 1 ਕਰਾਂਗੇ 2 5 7 ਦੇ ਵਿੱਚੋਂ 2 ਘਟਾਵਾਂਗੇ 5 ਤੇ ਇੱਥੇ ਦੇਖੋ ਆਪਣੇ ਕੋਲ ਹੱਲ ਕੀ ਆ ਗਿਆ x ਨੂੰ ਆਪਾਂ ਇੱਕ ਭਰਿਆ ਸੀ y ਆਪਣੇ ਕੋਲ 5 ਆ ਗਿਆ ਤੇ ਹੱਲ ਆ ਗਿਆ 1, 5 x ਦੀ ਜਗ੍ਹਾ ਤੇ 1 ਤੇ y ਦੀ ਜਗ੍ਹਾ ਤੇ 5 ਆ ਗਿਆ ਹੈ ਜੀ अगला तीसरा अपने को हाल, अपने दो दो ते अपने को हाल अपने को इस तरह फिर आपा x ਦੀ ਜਗ੍ਹਾ ਤੇ 2 ਭਰ ਦੇਣਾ ਹੈ 2 ਭਰਾਂਗੇ 2 2 4 7 ਦੇ ਵਿੱਚੋਂ 4 ਘਟਾਵਾਂਗੇ 3 ਤੇ ਦੇਖੋ x ਨੂੰ 2 ਭਰਿਆ y ਆਪਣੇ ਕੋਲ 3 ਆ ਗਿਆ ਤੇ ਹੱਲ ਆਪਣੇ ਕੋਲ ਆ ਗਿਆ 2, 3 ਇਸੇ ਤਰ੍ਹਾਂ ਫਿਰ ਆਪਾਂ x ਨੂੰ ਭਰ ਦੇਣਾ ਹੈ 3 x ਨੂੰ 3 ਭਰਾਂਗੇ ਤੇ 2 3 6 7 ਵਿੱਚੋਂ 6 ਘਟਾਈ 1 ਤੇ ਦੇਖੋ ਆਪਣੇ x ਨੂੰ 3 ਭਰਨ ਤੇ y ਦਾ ਕਿੰਨਾ ਮool ਆ ਗਿਆ ਹੈ ਆਪਣੇ ਕੋਲ 1 ਆ ਗਿਆ ਇਹ ਆਪਣੇ ਕੋਲ ਚੌਥਾ ਹੱਲ ਆ ਗਿਆ ਹੈ ਤੇ ਹੁਣ ਆਪਾਂ ਸਾਰੇ ਹੀ ਜੋ ਚਾਰੋਂ ਦੇ ਚਾਰੋਂ ਹੱਲ ਹੈ ਉਹ ਨੀਚੇ ਲਿਖ ਦੇਣੇ ਹਨ ਜੀ ਤੇ ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨਸ ਪਰ ਆਪਣੇ ਕੋਈ ਵੀ ਕਾਫੀ ਇੰਪੋਰਟੈਂਟ ਹੈ ਜੀ ਕਿ ਸਿੱਧ ਕਰੋ ਕਿ ਸਮ ਦੋ ਪੁਜੀ ਤ੍ਰਿਭੁਜ ਦੀਆਂ ਬਰਾਬਰ ਪੁਜਾਵਾਂ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ ਇਹ ਦੇਖੋ ਜੀ ਆਪਣੇ ਕੋ ਇੱਕ ਸਮ ਦੋ ਪੁਜੀ ਤ੍ਰਿਭੁਜ ਹੈ ਜਿਸ ਦੀਆਂ ਦੋ ਪੁਜਾਵਾਂ ਬਰਾਬਰ ਹਨ ਜੀ ਤੇ ਬਰਾਬਰ ਪੁਜਾਵਾਂ ਦੇ ਜੋ ਸਾਹਮਣੇ ਵਾਲੇ ਕੋਣ ਸਨਮੁਖ ਕੋਣ ਮਤਲਬ ਸਾਹਮਣੇ ਵਾਲੇ ਕੋਣ ਏ ਵਾਲਾ ਕੋਣ ਤੇ ਏ ਵਾਲਾ ਕੋਣ ਇਹਨਾਂ ਨੂੰ ਆਪਾਂ ਸਿੱਧ ਕਰਨਾ ਹੈ ਕਿ ਆਪਸ ਵਿੱਚ ਬਰਾਬਰ ਹਨ ਕੀ ਆਪਾਂ ਸਿੱਧ ਕਰਨਾ ਹੈ ਕਿ ਜੋ B ਕੋਣ ਅਤੇ C ਕੋਣ ਹਨ ਉਹ ਆਪਸ ਵਿੱਚ ਬਰਾਬਰ ਹਨ ਜੀ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਇੱਕ ਤ੍ਰਿਭੁਜ ਜੋ ABC ਹੈ ਉਸ ਦੇ ਵਿੱਚ ਜੋ AB ਹੈ ਉਹ BC ਦੇ ਆਪਾਂ ਬਰਾਬਰ ਹੈ ਲਈ ਹੋਈ ਹੈ ਤੇ ਆਪਾਂ ਸਿੱਧ ਕਰਨਾ ਹੈ ਕਿ ਜੋ B ਕੋਣ ਹੈ ਉਹ C ਕੋਣ ਦੇ ਬਰਾਬਰ ਇਸ ਤਰ੍ਹਾਂ ਸਿੱਧ ਕਰਨਾ ਹੈ ਤੇ ਇਸ ਲਈ ਸਭ ਤੋਂ ਪਹਿਲਾਂ ਆਪਾਂ ਰਚਨਾ ਕਰਨੀ ਹੈ ਰਚਨਾ ਦੇ ਵਿੱਚ A ਦਾ ਸਮਦੁਪਾਚਕ ਆਪਾਂ ਖਿੱਚਣਾ ਹੈ A ਲਈ ਦੇਖੋ ਜੀ ਇਕੋਣ ਕੋਣ A ਦਾ ਸਮਦੁਭਾਜਕ ਕਿ ਦੋਨੋਂ ਹੀ ਜੋ ਕੋਣ ਇਧਰ A ਨੂੰ ਕੱਟਣਗੇ ਉਹ ਦੋਨੋਂ ਕੋਣ ਆਪਸ ਵਿੱਚ ਕਿੰਨੇ ਬਰਾਬਰ ਆ ਜਾਣਗੇ A ਨੂੰ ਇਸ ਪੂਜਾਨੇ ਕਟਿਆ ਹੈ ਪਰ ਇਹ ਦੋਨੋਂ ਕੋਣ ਕੋਣ 1 ਤੇ ਕੋਣ 2 ਆਪਸ ਵਿੱਚ ਕੀ ਹੋ ਜਾਣਗੇ ਬਰਾਬਰ ਹੋਣਗੇ ਆਪਸ ਵਿੱਚ ਜੀ ਤੇ ਹੁਣ ਆਪਾਂ ਸਬੂਤ ਇਸ ਦਾ ਕਿਸ ਤਰ੍ਹਾਂ ਕਰਨਾ ਹੈ ਇਸ ਨੂੰ ਸਿੱਧ ਕਿਸ ਤਰ੍ਹਾਂ ਕਰਨਾ ਹੈ ਕਿ ਆਪਣੇ ਕੋ A ਜੋ B ਅਤੇ C ਕੋਣ ਆਪਸ ਵਿੱਚ ਬਰਾਬਰ ਕਿਸ ਤਰ੍ਹਾਂ ਕਰਨੇ ਹਨ ਆਪਾਂ ਕੀ ਕਰਨਾ ਹੈ ਸਬੂਤ ਇਸ ਤਰ੍ਹਾਂ ਆਪਾਂ ਲੈਣੀ ਤ੍ਰਿਆੰਗਲ ਪਹਿਲਾਂ BAD ਉਹ ਤ੍ਰਿਆੰਗਲ ਲੈ ਲੈਣੀ ਹੈ BAD ਇੱਕ ਇਹ ਵਾਲੀ ਆਪਾਂ ਤ੍ਰਿਭੁਜ ਲੈ ਲਈ ਹੈ ਤੇ ਇੱਕ ਆਪਾਂ ਤ੍ਰਿਭੁਜ ਲੈਣੀ ਹੈ CAD ਦੋ ਤ੍ਰਿਭੁਜਾ ਲੈ ਲਈਆਂ ਇੱਕ ਇਧਰ ਵਾਲੀ ਇੱਕ ਇਧਰ ਵਾਲੀ ਦੋਨਾਂ ਦੇ ਵਿੱਚ ਦੇਖਿਆ ਜਾਵੇ ਤਾਂ A ਤੇ AB ਤੇ AC ਆਪਸ ਵਿੱਚ ਕੀ ਹਨ ਬਰਾਬਰ ਹਨ ਦਿੱਤਾ ਹੈ ਕੋਣ A ਤੇ ਕੋਣ B ਹੁਣੇ ਆਪਾਂ ਦੇਖਿਆ ਰਚਨਾ ਤੋਂ ਆਪਸ ਵਿੱਚ ਬਰਾਬਰ ਹਨ ਤੇ ਜੋ AD ਭੁਜਾ ਹੈ ਉਹ ਦੋਨੋਂ ਹੀ ਤ੍ਰਿਭੁਜਾਂ ਦੇ ਵਿੱਚ ਕੀ ਹੈ ਸਾਂਝੀ ਭੁਜਾ ਹੈ ਤੇ ਜਦੋਂ ਆਪਣੇ ਕੋਲ ਦੋਨੋਂ ਦੋ ਤ੍ਰਿਪੂਜਾਂ ਦੇ ਵਿੱਚ ਤਿੰਨ ਚੀਜ਼ਾਂ ਆਪਣੇ ਕੋਲ ਸਮਾਨ ਹੋ ਜਾਂਦੀਆਂ ਹਨ ਬਰਾਬਰ ਹੋ ਜਾਂਦੀਆਂ ਹਨ ਤੇ ਉਹ ਦੋਨੇ ਤ੍ਰਿਪੂਜਾਂ ਕੀ ਹੋ ਜਾਂਦੀਆਂ ਹਨ ਸਰਬੰਗ ਸਮ ਹੋ ਜਾਂਦੀਆਂ ਹਨ ਯਾਨੀ ਇਸ ਦਾ ਮਤਲਬ ਜੋ ਤ੍ਰਿਪੂਜ ए बी डी ਹੈ ਤੇ सी ए डी ਹੈ ਆਪਣੇ ਵਿੱਚ ਕੀ ਹੋ ਜਾਣਗੀਆਂ ਇਹ ਸਰਬੰਗ ਸਮ ਹੋ ਜਾਣਗੀਆਂ ਸਰਬੰਗ ਸਮਤਾ ਦਾ ਕਿਹੜਾ ਨਿਯਮ ਲੱਗਿਆ ਇੱਥੇ ਐਸ اے ਐਸ ਨਿਯਮ ਪੂਜਾ ਕੋਣ ਪੂਜਾ ਐਸ ਦਾ ਮਤਲਬ ਸਾਈਡ ਏ ਦਾ ਮਤਲਬ ਐਂਗਲ ਐਸ ਦਾ ਮਤਲਬ ਸਾਈਡ ਪੂਜਾ ਕੋਣ ਪੂਜਾ ਤ੍ਰਿਪੂਜ ਦਾ ਨਿਯਮ ਹੈ ਜੀ ਇਹ ਸਰਬੰਗ ਸਮਤਾ ਦਾ ਤੇ ਜੇਕਰ ਦੋਨੋਂ ਤ੍ਰਿਪੂਜਾਂ ਆਪਸ ਵਿੱਚ ਕੀ ਹੋ ਗਈਆਂ ਹਨ ਸਰਬੰਗ ਸਮ ਹੋ ਗਈਆਂ ਹਨ ਤਾਂ ਉਹਨਾਂ ਦੇ ਜੋ ਸੰਗਤ ਭਾਗ ਹੁੰਦੇ ਹਨ ਆਪਸ ਵਿੱਚ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ ਇਟ ਮੀਨ ਜੋ ਕੋਣ B ਹੈ ਉਹ ਕੋਣ C ਦੇ ਬਰਾਬਰ ਹੋ ਜਾਏਗਾ ਪਹਿਲਾ ਪਹਿਲਾ ਦੇਖੋ ਪਹਿਲਾ ਜੋ ਕੋਣ ਹੈ ਆਪਸ ਵਿੱਚ ਕੀ ਹੋ ਜਾਏਗਾ ਬਰਾਬਰ ਹੋ ਜਾਏਗਾ ਇਸ ਦੀ ਜਗ੍ਹਾ ਤੁਸੀਂ ਲਿਖਣਾ ਹੈ CPCT ਜਿहां ਇਸ ਤਰ੍ਹਾਂ ਪੰਜਾਬੀ ਵਿੱਚ ਵੀ ਕਹਿ ਸਕਦੇ ਹੋ ਕਿ ਸੰਗਤ ਕੇ ਸਰਬੰਗ ਸਮ ਜੋ ਤ੍ਰਿਪੂਜਾਂ ਹਨ ਉਹਨਾਂ ਦੇ ਸੰਗਤ ਭਾਗ ਆਪਸ ਵਿੱਚ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ ਜੀ ਨਹੀਂ ਤੇ ਤੁਸੀਂ ਕੱਲਾ ਸੀਪੀਸੀਟੀ ਵੀ ਲਿਖ ਸਕਦੇ ਹੋ ਜੀ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਵੀ ਇਸ ਨੂੰ ਕਾਫੀ ਇੰਪੋਰਟੈਂਟ ਹੈ ਜੀ ਚਿੱਤਰ ਦੇ ਵਿੱਚ ਜੋ ਕੋਣ ABC ਹੈ ਉਹ 69 ਦੇ ਇਕੁਅਲ ਹੈ ਤੇ ACB ਜੋ ਕੋਣ ਹੈ 31 ਦੇ ਇਕੁਅਲ ਹੈ ਇਹ ਤ੍ਰਿਪੂਜ ਦੇਖੋ ABC ਤ੍ਰਿਪੂਜ ABC ਦੇ ਵਿੱਚ 1 69 ਦਾ ਕੋਣ ਦਿੱਤਾ ਹੈ ਦੂਸਰਾ 31 ਦਿੱਤਾ ਹੋਇਆ ਹੈ ਤੇ ਆਪਾਂ BDC ਇਹ ਵਾਲਾ ਕੋਣ ਆਪਾਂ ਪਤਾ ਕਰਨਾ ਹੈ BDC ਵਾਲਾ ਇਹ ਵਾਲਾ ਕੋਣ ਆਪਾਂ ਪਤਾ ਕਰਨਾ ਹੈ ਜੀ ਤੇ ਤ੍ਰਿਭੁਜ ABC ਵਿੱਚ ਆਪਾਂ ਨੂੰ ਪਤਾ ਹੈ ਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ ਹੈ ਜੀ 360 ਆਪਣਾ 180 ਡਿਗਰੀ ਦੇ ਬਰਾਬਰ ਹੁੰਦਾ ਹੈ ਤੇ ਇੱਥੇ ਦੇਖੋ ਤ੍ਰਿਭੁਜ ਆਪਾਂ ਲੈ ਲੈਣੀ ਹੈ ਜੀ ABC ਤੇ ਤ੍ਰਿਭੁਜ ABC ਦੇ ਵਿੱਚ A B ਅਤੇ C ਤਿੰਨਾ ਕੋਣਾਂ ਦਾ ਜੋੜ ਕਿਸ ਦੇ ਬਰਾਬਰ ਆਏਗਾ 180 दे ਏ ਕੋਣ ਆਪਾਂ ਨੂੰ ਪਤਾ ਨਹੀਂ ਹੈ ਬੀ ਅਤੇ ਸੀ ਦਾ ਮੁੱਲ ਆਪਾਂ ਨੂੰ ਪਤਾ ਹੈ ਆਪਾਂ ਭਰ ਦੇਣਾ ਹੈ ਇਹਨਾਂ ਦੋਵਾਂ ਨੂੰ ਜੋੜਾਂਗੇ 100 ਆ ਜਾਏਗਾ 100 ਨੂੰ ਤੇ ਜਾ ਕੇ ਆਪਾਂ ਘਟਾ ਦੇਣਾ ਹੈ ਤੇ ਜੋ ਏ ਕੋਣ ਹੈ ਆਪਣੇ ਕੋਲ 80 ਦੇ ਬਰਾਬਰ ਆ ਜਾਏਗਾ ਜੀ ਤੇ ਦੇਖੋ ਇਹ ਜੋ ਏ ਕੋਣ ਹੈ ਆਪਣੇ ਕੋਲ ਕਿੰਨਾ ਆ ਗਿਆ ਹੈ 80 ਦੇ ਬਰਾਬਰ ਆ ਗਿਆ ਹੈ ਜੀ ਹੁਣ ਦੇਖੋ ਧਿਆਨ ਨਾਲ ਜਿਹੜਾ ਏ ਕੋਣ ਹੈ ਤੇ ਜੋ ਡੀ ਕੋਣ ਹੈ ਇਹ ਦੋਨੋਂ ਜੋ ਬਿੰਦੂ ਹਨ ਏ ਅਤੇ ਡੀ ਬਿੰਦੂ ਜੋ ਹਨ ਬਿੰਦੂ ਏ ਅਤੇ ਬਿੰਦੂ ਡੀ ਉਹ ਕੀ ਹਨ ਇੱਕ ਹੀ ਚੱਕਰਖੰਡ ਦੇ ਵਿੱਚ ਦੋਨੋਂ ਬਿੰਦੂ ਹਨ देखो, देखो एक ही साइड ते ਹੈ ਜੀ ਚੱਕਰ ਦੇ ਇੱਕੋ ਸਾਈਡ ਤੇ ਹਨ ਜਿਸ ਤਰ੍ਹਾਂ a ਵਿਚਕਾਰ ਲਾਈਨ ਲੱਗੀ ਹੋਈ ਹੈ ਇਹ ਦੋਨੋਂ ਇਸੇ ਸਾਈਡ ਤੇ ਪੁਆਇੰਟ ਹਨ ਤੇ ਜਦੋਂ ਇੱਕ ਹੀ ਚੱਕਰਖੰਡ ਦੇ ਵਿੱਚ ਪੁਆਇੰਟ ਹੁੰਦੇ ਹਨ ਤੇ ਉੱਥੇ ਜੋ ਕੋਣ ਬਣਦਾ ਹੈ ਕੋਣ b ਬਰਾਬਰ ਹੁੰਦਾ ਹੈ ਜੀ ਇਸ ਦਾ ਮਤਲਬ ਜੋ d ਤੇ ਕੋਣ ਬਣੇਗਾ ਤੇ ਜੋ a ਤੇ ਕੋਣ ਬਣੇਗਾ ਉਹ ਬਰਾਬਰ ਕੋਣ ਹੋਣਗੇ ਤੇ ਕਾਰਨ ਕੀ ਲਿਖਣਾ ਹੈ ਇੱਕ ਹੀ ਚੱਕਰਖੰਡ ਵਿੱਚ ਬਣੇ ਕੋਣ ਤੇ ਡੀ ਨੂੰ ਆਪਾਂ ਡੀ ਲਿਖਣਾ ਕੋਣ ਤੇ ਏ ਕੋਣ ਦਾ ਆਪਾਂ ਮੁੱਲ ਹੁਣੇ ਕੱਢਿਆ ਹੈ ਏ ਕੋਣ ਦਾ ਮੁੱਲ ਕਿੰਨਾ ਆਪਣੇ ਕੋ 80 ਇਟ ਮੀਨ ਡੀ ਕੋਣ ਵੀ ਆਪਣੇ ਕੋ ਕਿੰਨਾ ਆ ਗਿਆ 80 ਤੇ ਜੇਕਰ ਆਪਾਂ ਡੀ ਕੋਣ ਨੂੰ ਪੂਰਾ ਦੇਖਦੇ ਹਾਂ ਤੇ ਪੂਰੀ ਤਰ੍ਹਾਂ ਲਿਖੀਏ ਤੇ ਇਹ ਬਣ ਜਾਏਗਾ ਕੋਣ ਆਪਣੇ ਕੋ ਬੀ ਡੀ ਸੀ ਬੀ ਡੀ ਸੀ ਤੇ ਇਟ ਮੀਨ ਜੋ ਬੀ ਡੀ ਕੋਣ ਹੈ ਆਪਣੇ ਕੋ ਕੀ ਹੈ ਜੀ ਬੀ ਡੀ ਸੀ ਕੋਣ ਹੈ ਜੋ ਕਿ 80 ਦੇ ਬਰਾਬਰ ਹੈ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਵੀ ਇਸ ਨੂੰ ਕਾਫੀ ਈਜ਼ੀ ਹੈ ਤੇ ਕਾਫੀ ਇੰਪੋਰਟੈਂਟ ਹੈ ਇੱਕ ਸ਼ੰਕੂ ਦੀ ਵਕਰ ਸਤ੍ਹਾ ਖੇਤਰਫਲ ਆਪਾਂ ਨੂੰ ਦਿੱਤਾ ਹੋਇਆ ਹੈ 308 ਸੈਂਟੀਮੀਟਰ ਸਕਰ ਅਤੇ ਇਸ ਦੀ ਤਿਰਛੀ ਉਚਾਈ ਵੀ ਆਪਾਂ ਨੂੰ ਦਿੱਤੀ ਹੋਈ ਹੈ ਤਿਰਛੀ ਉਚਾਈ ਵਾਲੀ ਹੈ ਜੀ ਤਿਰਛੀ ਉਚਾਈ ਆਪਾਂ ਨੂੰ ਦਿੱਤੀ ਹੋਈ ਹੈ ਤੇ ਸ਼ੰਕੂ ਦੀ ਕੁੱਲ ਸਤ੍ਹਾ ਖੇਤਰਫਲ ਆਪਾਂ ਪਤਾ ਕਰਨਾ ਹੈ ਜੀ ਤੇ ਧਿਆਨ ਨਾਲ ਦੇਖੋ ਤਿਰਛੀ ਉਚਾਈ ਇਸ ਨੂੰ ਆਪਾਂ l ਨਾਲ ਨੋਟ ਕਰਦੇ ਹਾਂ l ਆਪਾਂ ਨੂੰ ਦਿੱਤਾ ਹੋਇਆ ਹੈ 14 ਸੈਂਟੀਮੀਟਰ ਸ਼ੰਕੂ ਦੀ ਬਕਰ ਸਤ੍ਹਾ ਖੇਤਰਫਲ 308 ਹੈ ਤੇ ਬਕਰ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ πr l ਇਟ ਮੀਨ ਜੋ π ਆ ਰਿਹਾ ਹੈ l ਹੈ ਉਹ 308 ਦੇ ਇਕੁਅਲ ਹੋਏਗਾ ਹੁਣ ਆਪਾਂ π ਦੀ ਵੈਲਿਊ r ਆਪਾਂ ਨੂੰ ਪਤਾ ਨਹੀਂ ਹੈ l ਦੀ ਵੈਲਿਊ ਭਰ ਦੇਣੀ ਹੈ ਇੱਥੇ ਤੇ ਹੁਣ 22/7 ਅਤੇ 14 ਨੂੰ ਆਪਾਂ ਦੂਸਰੇ ਪਾਸੇ ਲੈ ਜਾਣਾ ਹੈ ਤੇ ਇਹ 22/7 ਦੂਜੇ ਪਾਸੇ ਜਾਣਗੇ ਆਏਗਾ 7/22 14 ਬਣ ਜਾਏਗਾ ਆਪਣੇ ਕੋਲ 1/14 ਹੁਣ ਆਪਾਂ ਇਸ ਦੀ ਕਰਦਣੀ ਹੈ ਜੀ ਕਟਿੰਗ ਤੇ ਕਟਿੰਗ ਕਰਕੇ ਦੇਖੋ ਆਪਣੇ ਕੋ ਕੁ ਇਸ ਦੇ ਇਕੁਅਲ ਟੂ ਆ ਜਾਏਗਾ ਤੇ ਇਸ ਦਿਸ਼ਾ ਵਿੱਚੋਂ ਕਟਿੰਗ ਕਰਾਂਗੇ ਤਾਂ 22 ਦੇ ਪਹਾੜੇ ਵਿੱਚ ਤੇ ਇੱਥੇ ਆਪਣੇ ਕੋ 14 ਦੇ ਕੱਟਿਆ ਜਾਏਗਾ 14 ਨਾਲ 14 ਕੱਟਿਆ ਜਾਏਗਾ ਤੇ ਆਰ ਆਪਣੇ ਕੋ ਆ ਜਾਏਗਾ ਜੀ 7 ਇੱਥੇ ਹੁਣ ਆਪਣੇ ਕੋ ਅਰਧ ਵਿਆਸ ਆ ਗਿਆ ਹੈ ਪਰ ਆਪਾਂ ਕੀ ਪਤਾ ਕਰਨਾ ਹੈ ਆਪਾਂ ਪਤਾ ਕਰਨਾ ਹੈ ਸ਼ੰਕੂ ਦੀ ਕੁੱਲ ਸਤ੍ਹਾ ਖੇਤਰਫਲ ਇੱਥੇ ਆਪਾਂ ਹੁਣ ਪਹਿਲਾਂ ਅਰਧ ਵਿਆਸ ਪਹਿਲਾਂ ਆਪਾਂ ਇਸ ਦਾ ਪਤਾ ਕਰ ਲਿਆ ਹੈ ਜੀ ਤੇ ਹੁਣ ਸ਼ੰਕੂ ਦੀ ਕੁੱਲ ਸਤ੍ਹਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ ਉਹ ਹੁੰਦਾ ਹੈ ਜੀ ਪਾਈ ਆਰ ਬ੍ਰੈਕਟ ਦੇ ਅੰਦਰ ਐਲ ਪਲੱਸ ਆਰ ਹੁਣ ਸਾਰੀ ਵੈਲਿਊ ਫਿਲ ਕਰ ਦਣੀ ਹੈ ਪਾਈ ਦੀ ਵੈਲਿਊ ਆਰ ਦੀ ਵੈਲਿਊ ਐਲ ਦੀ ਵੈਲਿਊ ਤੇ ਆਰ ਦੀ ਵੈਲਿਊ ਸਾਰੀ ਵੈਲਿਊ ਆਪਾਂ ਫਿਲ ਕਰ ਦਿੱਤੀਆਂ ਹਨ ਜੀ ਤੇ 22 14 ਪਲੱਸ 7 ਆਪਣੇ ਕੋ 21 ਆ ਜਾਏਗਾ 7 ਦੇ ਨਾਲ 7 ਕੱਟਿਆ ਜਾਏਗਾ 22 ਅਤੇ 21 ਨੂੰ ਗੁਣਾ ਕਰਾਂਗੇ ਤੇ 462 ਸੈਂਟੀਮੀਟਰ ਸਕਰ ਇਹ ਕੀ ਆ ਗਿਆ ਆਪਣੇ ਕੋ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਆ ਗਿਆ ਹੈ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨਸ ਨੂੰ ਆਪਣੇ ਕੋ ਹੀਰੋ ਸੂਤਰ ਦੇ ਕੁਐਸਚਨ ਹੈ ਜੀ ਉਹ ਹੀਰੋ ਸੂਤਰ ਦੇ ਵਿੱਚੋਂ ਹੈ ਜਿਸ ਵਿੱਚ ਆਪਾਂ ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ ਹੈ ਜੀ ਤੇ ਦੇਖੋ ਕੀ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਆਪਣੇ ਕੋ ਇੱਕ ਪਾਰਕ ਵਿੱਚ ਇੱਕ ਫਿਸਲਣ ਪੱਟੀ ਬਣੀ ਹੋਈ ਹੈ ਇਸ ਦੀਆਂ ਪਾਸਵੀਂ ਦੀਵਾਰਾਂ ਵਿੱਚੋਂ ਇੱਕ ਦੀਵਾਰ ਤੇ ਕਿਸੇ ਰੰਗ ਨਾਲ ਰੰਗ ਰੋਗਨ ਕੀਤਾ ਗਿਆ ਹੈ ਅਤੇ ਉਸ ਤੇ ਪਾਰਕ ਨੂੰ ਹਰਾ ਭਰਾ ਤੇ ਸਾਫ਼ ਰੱਖੋ ਇਹ ਦੇਖੋ ਜੀ ਪਾਰਕ ਨੂੰ ਹਰਾ ਭਰਾ ਤੇ ਸਾਫ਼ ਰੱਖੋ ਲਿਖਿਆ ਹੋਇਆ ਹੈ ਜੇਕਰ ਇਸ ਦੇ ਦੀਵਾਰ ਦੇ ਪਸਾਰ ਪਸਾਰ ਮਤਲਬ ਪਾਸੇ ਕਿੰਨੇ ਕਿੰਨੇ ਹਨ ਆਪਣੇ ਕੋ ਅ 15 ਮੀਟਰ 11 ਮੀਟਰ ਤੇ 6 ਮੀਟਰ ਹਨ ਤਾਂ ਰੰਗ ਰੂਗਨ ਕੀਤਾ ਭਾਗ ਦਾ ਖੇਤਰਫਲ ਇਸ ਤ੍ਰਿਭੁਜ ਦਾ ਆਪਾਂ ਖੇਤਰਫਲ ਪਤਾ ਕਰਨਾ ਹੈ ਕਿਉਂਕਿ ਇਸ ਜਗ੍ਹਾ ਤੇ ਆਪਣੇ ਕੋ ਲਿਖਿਆ ਹੋਇਆ ਹੈ ਪਾਰਕ ਨੂੰ ਹਰਾ ਭਰਾ ਰੱਖੋ ਤੇ ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ ਹੈ ਤਿੰਨੇ ਭੁਜਾ ਮਾ ਆਪਾਂ ਨੂੰ ਪਤਾ ਹੈ ਜੀ ਤੇ a b ਅਤੇ c ਭੁਜਾ ਮਾ ਹੁੰਦੀਆਂ ਹਨ ਤਿੰਨ ਆਪਣੇ ਕੋ ਪਤਾ ਹੈ ਇੱਥੇ ਆਪਾਂ ਹੀਰੋ ਦਾ ਸੂਤਰ ਲਗਾ ਕੇ ਇਸ ਦਾ ਅਨਸਰ ਪਤਾ ਕਰ ਲੈਣਾ ਹੈ ਜੀ ਦੇਖੋ ਇੱਕ ਪੂਜਾ ਨੂੰ ਆਪਾਂ A ਮੰਨ ਲੈਣਾ ਹੈ ਇੱਕ ਪੂਜਾ ਨੂੰ B ਮੰਨ ਲੈਣਾ ਹੈ ਤੇ ਤੀਸਰੀ ਪੂਜਾ ਨੂੰ ਆਪਾਂ C ਮੰਨ ਲੈਣਾ ਹੈ ਤੇ ਇਥੋਂ ਆਪਾਂ ਅਰਧ ਪਰਿਮਾਪ ਕਰ ਲੈਣਾ ਪਹਿਲਾਂ ਅਰਧ ਪਰਿਮਾਪ ਕੀ ਹੁੰਦਾ ਹੈ A B C 2 ਤਿੰਨੇ ਪੂਜਾਵਾਂ ਨੂੰ ਜੋੜ ਕੇ 2 ਕਰਾਂਗੇ 2 ਦੇ ਭਾੜੇ ਵਿੱਚ 32 ਕੱਟਿਆ ਜਾਏਗਾ 16 ਤੇ ਇਟ ਮੀਨ ਜੋ S ਆਪਣੇ ਕੋਲ ਕਿੰਨਾ ਆ ਗਿਆ ਹੈ 16 ਮੀਟਰ ਹੁਣ ਆਪਾਂ S A S B S ਪਹਿਲਾਂ 16 ਦੇ ਵਿੱਚੋਂ 15 ਘਟਾਵਾਂਗੇ 1 ਬਚ ਜਾਏਗਾ 16 ਦੇ ਵਿੱਚੋਂ 11 ਘਟਾਏ 5 16 ਦੇ ਵਿੱਚੋਂ 6 ਘਟਾਏ 10 ਤੇ ਇਹ ਆਪਣੇ ਕੋਲ ਹੁਣ ਲਗਾ ਦੇਣਾ ਹੈ ਹੀਰੋ ਸੂਤਰ ਆਹੀਂ ਆਪਾਂ ਜੋ ਤ੍ਰਿਭੁਜ ਦਾ ਹੈ ਖੇਤਰਫਲ ਪਤਾ ਕਰਨਾ ਹੈ ਜੀ ਤ੍ਰਿਭੁਜ ਦਾ ਖੇਤਰਫਲ ਇਹ ਜੋ ਹੈ ਉਹ ਤ੍ਰਿਭੁਜ ਨੂੰ ਇਸ ਤਰ੍ਹਾਂ ਆਪਾਂ ਲਿਖਦੇ ਹਾਂ ਜੀ ਤੇ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ ਵਰਗਮੂਲ ਦੇ ਅੰਦਰ s s ਘਟਾ o s ਘਟਾ o b s ਘਟਾ o c s 16 ਹੈ s ਘਟਾ a 1 ਦੇ ਬਰਾਬਰ ਹੈ s ਘਟਾ b 5 ਤੇ s ਘਟਾ c ਆਪਣੇ ਕੋਲ 10 ਹੈ ਜੀ ਇਹ ਦੇਖੋ ਆਪਾਂ ਪਤਾ ਕੀਤੇ ਹੋਏ ਪਹਿਲਾਂ ਹੀ ਸਾਰੀ ਵੈਲਿਊਜ਼ ਤੇ ਆਪਾਂ ਇੱਥੇ ਫਾਰਮੂਲੇ ਵਿੱਚ ਭਰ ਦੇਣੀਆਂ ਹਨ ਤੇ ਹੁਣ ਦੇਖੋ 16 ਨੂੰ ਆਪਾਂ ਲਿਖ ਸਕਦੇ ਹਾਂ 4 4 1 ਨੂੰ ਲਿਖਣ ਦੀ ਲੋੜ ਨਹੀਂ ਹੈ 5 ਨੂੰ 5 ਲਿਖਾਂਗੇ 10 ਨੂੰ ਲਿਖ ਲਿਆ 5 2 ਤੇ ਇੱਥੇ ਦੇਖੋ ਹੁਣ ਆਪਣੇ ਕੋ ਜੋਟੇ ਬਣ ਗਏ ਹਨ ਇੱਕ 4 ਦਾ ਜੋਟਾ ਬਣ ਗਿਆ ਹੈ ਇੱਕ 5 ਦਾ ਜੋਟਾ ਹੈ ਤੇ ਜੋ ਜੋਟਾ ਹੁੰਦਾ ਹੈ ਉਹ ਆਪਣੇ ਕੋ ਵਰਗਮੂਲ ਤੋਂ ਬਾਹਰ ਆ ਜਾਂਦਾ ਹੈ ਇਟ ਮੀਨ 4 ਅਤੇ 5 ਵਰਗਮੂਲ ਤੋਂ ਬਾਹਰ ਆ ਜਾਣਗੇ ਤੇ ਵਰਗਮੂਲ ਦੇ ਅੰਦਰ ਕੀ ਰਹਿ ਜਾਏਗਾ ਸਿਰਫ 2 ਰਹਿ ਜਾਏਗਾ ਤੇ ਵਰਗਮੂਲ ਦੇ ਬਾਹਰ ਕੀ ਆ ਗਿਆ 4 5 20 ਤੇ ਵਰਗਮੂਲ ਦੇ ਅੰਦਰ 2 ਤੇ ਪਿੱਛੇ ਲਿਖਣਾ ਹੈ ਮੀਟਰ ਦੀ ਘਾਤ 2 ਇਹ ਆਪਣੇ ਕੋਲ ਆ ਗਿਆ ਹੈ ਜੀ ਰੰਗ ਰੋਗਨ ਕੀਤੇ ਭਾਗ ਦਾ ਖੇਤਰਫਲ 20 ਵਰਗਮੂਲ 2 ਮੀਟਰ ਦੀ ਘਾਤ 2 ਤੇ ਆਓ ਸੋ ਹੁਣ ਆਪਾਂ ਸਸਾ ਭਾਗ ਕਰਦੇ ਹਾਂ ਜੀ ਸਸਾ ਭਾਗ ਆਪਣੇ ਕੋਲ ਇਸ ਤਰ੍ਹਾਂ ਹੈ ਹਰੇਕ ਪ੍ਰਸ਼ਨ ਜੋ ਹੈ ਉਹ 6 ਅੰਕ ਦਾ ਹੈ ਜੀ ਜਾਂਚ ਕਰਨੀ ਹੈ x ਦੀ ਘਾਤ 2 y ਦੀ ਘਾਤ 2 ਇਸ ਦੇ ਬਰਾਬਰ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ ਤੇ ਜਾਂਚ ਕਰਨੀ ਹੈ ਕਿ ਜੋ ਖੱਬਾ ਪਾਸਾ ਤੇ ਸੱਜਾ ਪਾਸਾ ਆਪ ਵਿਚ ਬਰਾਬਰ ਹਨ ਜਾਂ ਨਹੀਂ ਹਨ ਤੇ ਆਪਾਂ ਕੀ ਕਰਨਾ ਹੈ ਪਹਿਲਾਂ ਸੱਜਾ ਪਾਸਾ ਲੈ ਲੈਣਾ ਹੈ ਜੀ ਸੱਜੇ ਪਾਸੇ ਨੂੰ ਆਪਾਂ ਲੈ ਲਿਆ ਹੈ ਫਿਰ ਜਿਸ ਤਰ੍ਹਾਂ ਆਪਾਂ ਪਹਿਲਾ ਕੁਸ਼ਣ ਕੀਤਾ ਸੀ ਜੇ ਦੋ ਬ੍ਰੈਕਟ ਨੂੰ ਕਿਸ ਤਰ੍ਹਾਂ ਮਲਟੀਪਲਾਈ ਕਰਨਾ ਹੈ ਪਹਿਲੇ ਮੈਂਬਰ ਦੇ ਨਾਲ ਪੂਰੀ ਬ੍ਰੈਕਟ ਇਹ ਦੇਖੋ ਪਹਿਲਾ ਮੈਂਬਰ ਪੂਰੀ ਬ੍ਰੈਕਟ ਫਿਰ ਦੂਸਰਾ ਮੈਂਬਰ ਪੂਰੀ ਬ੍ਰੈਕਟ ਦੂਸਰਾ ਮੈਂਬਰ ਪੂਰੀ ਬ੍ਰੈਕਟ ਹੁਣ ਆਪਾਂ ਗੁਣਾ ਕਰ ਦੇਣੀ ਹੈ ਅੰਦਰ x ਨੂੰ ਇਹਨਾਂ ਤਿੰਨਾਂ ਨਾਲ ਗੁਣਾ ਕਰਾਂਗੇ ਤੇ a ਆ ਜਾਏਗਾ ਇਸ ਨੂੰ ਇਹਨਾਂ ਤਿੰਨਾਂ ਨਾਲ ਆਪਾਂ ਗੁਣਾ ਕਰਾਂਗੇ ਤੇ a ਆ ਜਾਏਗਾ ਜੀ ਹੁਣ ਦੇਖੋ ਆਪਣੇ ਕੋਲ ਜੋ ਕੱਟਿਆ ਜਾਂਦਾ ਹੈ ਉਹ ਆਪਾਂ ਕੱਟ ਦੇਣੇ ਹਨ ਜੀ ਦੇਖੋ ਆਪਣੇ ਕੋਲ ਕੀ ਕੀ ਕੱਟਿਆ ਜਾਂਦਾ ਹੈ ਇਹ ਦੇਖੋ x ਦੀ ਘਾਤ 2 y x ਦੀ ਘਾਤ 2 b ਵਾਲਾ ਹੈ a ਵਾਲਾ ਹੈ ਇਹ ਕੱਟੇ ਜਾਣਗੇ a ਵੀ ਦੇਖੋ ab ਸੇਮ ਹਨ ਇੱਕ ਵਾਲਾ ਇੱਕ ਵਾਲਾ ਕੱਟੇ ਜਾਣਗੇ ਬਚਿਆ ਕੀ x ਦੀ ਘਾਤ 3 ਤੇ y ਦੀ ਘਾਤ 3 ਇੱਥੇ ਬਚ ਗਿਆ ਹੈ ਤੇ x ਦੀ ਘਾਤ 3 y ਦੀ ਘਾਤ 3 ਕੀ ਆਪਣੇ ਕੋਈ ਖੱਬਾ ਪਾਸਾ ਹੈ ਇਟ ਮੀਨ ਆਪਣੀ ਕੋਈ ਜਾਂਚ ਹੈ ਉਹ ਪੂਰੀ ਹੋ ਗਈ ਹੈ ਜੀ ਕਿ ਸੱਜਾ ਪਾਸਾ ਤੇ ਖੱਬਾ ਪਾਸਾ ਆਪਸ ਵਿੱਚ ਬਰਾਬਰ ਆ ਗਏ ਹਨ ਅਗਲਾ ਕੁਸ਼ਨ ਆਪਣੇ ਕੋ ਹੈ ਜੀ ਸਿੱਧ ਕਰੋ ਜੇ ਦੋ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹਨ ਤਾਂ ਸਿਖਰ ਸੰਮੁਖ ਕੋਣ ਸਮਾਨ ਹੁੰਦੇ ਹਨ ਜੇਕਰ ਦੋ ਰੇਖਾਵਾਂ ਇਸ ਤਰ੍ਹਾਂ ਆਪਸ ਵਿੱਚ ਕੱਟ ਰਹੀਆਂ ਹਨ ਤੇ ਸਿਖਰ ਸੰਮੁਖ ਕੋਣ ਕੀ ਹੁੰਦੇ ਆ ਆਮੋ ਸਾਹਮਣੇ ਵਾਲੇ ਕੋਣ ਇਹ ਵਾਲਾ कोण ਇਸ ਦੇ ਸਿਖਰ ਸਨਮੁਖ ਹੋ ਗਿਆ ਇਹ ਵਾਲਾ ਕੋਣ ਇਸ ਦੇ ਸਿਖਰ ਸਨਮੁਖ ਹੋ ਗਿਆ ਆਪਾਂ ਸਿੱਧ ਕਰਨਾ ਹੈ ਕਿ ਇਹ ਦੇਖੋ ਫਿਗਰ ਦੇ ਵਿੱਚ ਡਾਇਗਰਾਮ ਦੇ ਵਿੱਚ ਦੋ ਰਖਾ ਵਾਪਸ ਵਿੱਚ ਕੱਟ ਰਹੀਆਂ ਹਨ ਇੱਕ ਰੇਖਾ AB ਹੈ ਦੂਜੀ ਰੇਖਾ ਆਪਣੇ ਕੋ CD ਹੈ ਕੱਟ ਕਿੱਥੇ ਰਹੀ ਹੈ ਬਿੰਦੂ O ਤੇ ਤੇ ਆਪਾਂ ਸਿੱਧ ਕਰਨਾ ਹੈ ਕਿ ਜੋ ਇੱਕ ਕੋਣ ਹੈ O3 ਦੇ ਬਰਾਬਰ ਆਉਣਾ ਚਾਹੀਦਾ ਹੈ ਦੋ ਕੋਣ 4 ਕੋਣ ਦੇ ਬਰਾਬਰ ਹੋਣਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਲਿਖ ਲੈਣਾ ਹੈ ਰਿਖਾਵਾਂ ਦਿੱਤੀਆਂ ਹੋਈਆਂ ਹਨ AB ਅਤੇ CD ਬਿੰਦੂ O ਤੇ ਕੱਟਦੀਆਂ ਹਨ ਸਿੱਧ ਕੀ ਕਰਨਾ ਹੈ ਕਿ ਇੱਕ ਕੋਣ 3 ਦੇ ਬਰਾਬਰ ਹੈ 2 ਕੋਣ 4 ਦੇ ਬਰਾਬਰ ਹੈ ਸਬੂਤ ਹੁਣ ਦੇਖੋ ਇੱਥੇ ਆਪਣੇ ਕੋ ਕੀ ਹੈ ਕਿ 1 ਅਤੇ 2 1 ਅਤੇ 2 ਦੋਨੋਂ ਮਿਲ ਕੇ ਕੀ ਬਣ ਰਹੇ ਹਨ ਰੇਖੀ ਜੋੜਾ ਤੇ 1 ਅਤੇ 2 ਮਿਲ ਕੇ 180 ਬਣ ਗਿਆ ਰੇਖੀ ਜੋੜਾ ਇਸ ਨੂੰ ਨੰਬਰ 1 ਲਿਖ ਲੈਣਾ ਹੈ ਇਸੇ ਤਰ੍ਹਾਂ 2 ਅਤੇ 3 ਕਿਆ ਨਾ ਦੇਖੋ 2 ਅਤੇ 3 AB ਕੀ ਬਣ ਰਿਹਾ ਇੱਕ ਰੇਖੀ ਜੋੜਾ ਬਣ ਰਿਹਾ ਜੀ ਦੇਖੋ ਇਹ ਵੀ ਤੇ 2 ਅਤੇ 3 ਨੂੰ ਵੀ ਜੋੜ ਕੇ 180 ਆ ਰਿਹਾ ਹੈ ਇਹ ਵੀ ਦੇਖੀ ਜੋੜਾ ਬਣ ਰਿਹਾ ਹੈ ਤੇ ਇਸ ਨੂੰ ਨੰਬਰ 2 ਲਿਖ ਲੈਣਾ ਹੈ ਹੁਣ ਦੇਖੋ 1 2 ਤੇ 2 3 ਦੋਹਾਂ ਦਾ ਅਨਸਰ 180 ਹੈ ਇਟ ਮੀਨ 1 2 ਤੇ 2 3 ਇਹਨਾਂ ਦਾ ਅਨਸਰ ਬਰਾਬਰ ਹੋਏਗਾ ਇਹਨਾਂ ਨੂੰ ਬਰਾਬਰ ਪਾਤਾ ਆਪਾਂ ਹੁਣ ਧਿਆਨ ਨਾਲ ਦੇਖੋ 2 ਦੇ ਨਾਲ 2 ਕੱਟਿਆ ਜਾਏਗਾ ਇੱਧਰ 1 ਬਚ ਗਿਆ ਇੱਧਰ 3 ਬਚ ਗਿਆ ਇਟ ਮੀਨ 1 ਕੋਣ ਕਿਸ ਦੇ ਬਰਾਬਰ ਆ ਗਿਆ ਹੈ 3 ਦੇ ਬਰਾਬਰ ਆ ਗਿਆ ਹੈ ਜੂ ਕੋਣ 1 ਹੈ ਉਹ ਕਿਸ ਦੇ ਬਰਾਬਰ ਆ ਗਿਆ ਹੈ ਕੋਣ 3 ਦੇ ਸਿਮਿਲਰਲੀ ਇਸੇ ਤਰ੍ਹਾਂ ਆਪਾਂ ਸਿੱਧ ਕਰ ਸਕਦੇ ਹਾਂ ਕਿ ਜੋ ਦੋ ਕੋਣ ਹੈ ਉਹ 4 ਦੇ ਬਰਾਬਰ ਹੈ ਆਪਾਂ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ ਇਸ ਨੂੰ ਇਸੇ ਤਰ੍ਹਾਂ ਇੱਥੇ ਲਿਖ ਲੈਣਾ ਜਿਸ ਤਰ੍ਹਾਂ ਆਪਾਂ ਇਹ ਉੱਪਰ ਪਤਾ ਕੀਤਾ ਹੈ ਇਸੇ ਤਰ੍ਹਾਂ 2 4 ਦੇ ਹੋਏਗਾ ਤੇ ਆਪਣੇ ਕੋ ਸਿੱਧ ਹੋ ਗਿਆ ਜੀ ਤੇ ਆਓ ਹੁਣ ਆਪਾਂ ਲਾਸਟ ਕੁਐਸਚਨ ਦੇਖਦੇ ਹਾਂ ਜੀ ਤੇ ਵਿਦਿਆਰਥੀਓ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹੈ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਨ ਤੋਂ ਬਾਅਦ ਜੋ ਆਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਜੂਰ ਔਨ ਕਰ ਲੈਣਾ ਹੈ ਕਿਉਂਕਿ ਇਸੇ ਤਰ੍ਹਾਂ ਨੌਲੇਜੇਬਲ ਵੀਡੀਓ ਹਮੇਸ਼ਾ ਮੈਂ ਤੁਹਾਡੇ ਲੈ ਕੇ ਆਉਂਦਾ ਰਹਿੰਦਾ ਹਾਂ ਜੀ ਤੇ ਆ ਹੁਣ ਆਪਾਂ ਲਾਸਟ ਕੁਐਸਚਨ ਦੇਖਦੇ ਹਾਂ ਜੀ ਤੇ ਆਸ ਤੋਂ ਹੁਣ ਆਪਾਂ ਲਾਸਟ ਜੋ ਕੁਐਸਚਨ ਹੈ 16ਵਾਂ ਕੁਐਸਚਨ ਉਹ ਦੇਖਦੇ ਹਾਂ ਜੀ ਇੱਕ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਜਿੱਤੀਆਂ ਗਈਆਂ ਸੀਟਾਂ ਦਾ ਪ੍ਰਣਾਮ ਦਾ ਨਤੀਜਾ ਹੇਠਾਂ ਦਿੱਤੇ ਗਏ ਹਨ ਜੀ ਏ ਰਾਜਨੀਤਿਕ ਪਾਰਟੀ ਏ ਦਾ ਆਪਣੇ ਕੋ ਦਿੱਤਾ ਹੋਇਆ ਹੈ ਜੀ ਕਿ ਰਾਜਨੀਤਿਕ ਪਾਰਟੀ ਏ ਦੇ ਵਿੱਚ ਏ ਨੇ 75 ਸੀਟਾਂ ਜਿੱਤੀਆਂ ਹਨ ਜੀ ਤੇ ਬੀ ਨੇ 55 ਸੀਟਾਂ ਜਿੱਤੀਆਂ ਹਨ ਸੀ ਨੇ 37 ਡੀ ਨੇ 29 ਈ ਨੇ 10 ਤੇ ਐਫ ਨੇ 37 ਸੀਟਾਂ ਜਿੱਤੀਆਂ ਹਨ ਜੀ ਤੇ ਪਹਿਲਾ ਹੈ ਜੀ મતદાન ਦੇ ਨਤੀਜਿਆਂ ਨੂੰ ਨਿਰਪੁਣ ਨਿਰਪਤ ਕਰਨ ਵਾਲਾ ਛੜ ਗ੍ਰਾਫ ਖਿੱਚੋ ਇੱਕ ਤਿਸ ਦਾ ਆਪਾਂ ਛੜ ਗ੍ਰਾਫ ਖਿੱਚਣਾ ਹੈ ਦੂਸਰਾ ਹੈ ਕਿਸ ਰਾਜਨੀਤਿਕ ਪਾਰਟੀ ਨੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਤੇ ਉਹ ਆਪਾਂ ਨੂੰ ਪਤਾ ਹੈ ਪਾਰਟੀ A ਦੂਸਰੇ ਦਾ ਆਨਸਰ ਸਿੱਧੇ ਆਪਾਂ ਲਿਖ ਦੇਣਾ ਹੈ ਪਾਰਟੀ A ਤੇ ਪਹਿਲੇ ਵਿੱਚ ਆਪਾਂ ਇਸ ਦਾ ਛੜ ਗ੍ਰਾਫ ਖਿੱਚਣਾ ਹੈ ਜੀ ਤੇ ਦੇਖੋ ਇਸ ਦਾ ਆਨਸਰ ਆਪਾਂ ਕਿਸ ਤਰ੍ਹਾਂ ਲਿਖਣਾ ਹੈ ਜੀ ਤੇ ਇਸ ਦੇ ਵਿੱਚ ਦੇਖੋ ਸਾਨੂੰ ਆਪਾਂ ਛੜ ਗ੍ਰਾਫ ਬਣਾਉਣਾ ਹੈ ਜੀ ਤੇ ਇਹ ਦੇਖੋ ਪਹਿਲਾਂ ਆਪਾਂ ਇਸ ਤਰਫ ਆਪਣੇ ਕੋ ਆ ਜਾਏਗਾ ਜੀ ਐਕਸ ਵਾਲਾ ਤੋਰਾ ਇਸ ਤਰਫ ਤੁਸੀਂ ਐਕਸ ਲਿਖ ਲੈਣਾ ਹੈ ਤੇ ਉੱਪਰ ਦੀ ਤਰਫ ਤੁਸੀਂ ਇਸ ਤਰ੍ਹਾਂ ਵਾਈ ਲਿਖ ਲੈਣਾ ਹੈ ਜੀ ਉੱਪਰ ਦੀ ਤਰਫ ਆਪਾਂ ਇਸ ਤਰ੍ਹਾਂ ਵਾਈ ਵਾਲਾ ਬਣਾ ਲੈਣਾ ਹੈ ਜੀ ਇਸ ਤਰ੍ਹਾਂ ਪੂਰਾ ਕਰਕੇ ਵਾਈ ਲਿਖ ਲੈਣਾ ਹੈ ਜੀ ਤੇ ਹੁਣ ਦੇਖੋ ਆਪਣੇ ਕੋ ਜੋ ਰਾਜਨੀਤਿਕ ਪਾਰਟੀਆਂ ਹਨ ਉਹ ਆਪਣੇ ਕੋ ਕਿੜੀਆਂ-ਕਿੜੀਆਂ ਹਨ ਰਾਜਨੀਤਿਕ ਪਾਰਟੀਆਂ ਆਪਾਂ ਇਸ ਤਰ੍ਹਾਂ ਲਿਖ ਲਈਆਂ ਹਨ A B C D E ਅਤੇ F ਤੇ ਕਿਸ ਤਰ੍ਹਾਂ ਲਿਖਣੀਆਂ ਜੀ ਇੱਕ ਗੈਪ ਇੱਕ ਖਾਨੇ ਦਾ ਗੈਪ ਛੱਡ ਕੇ ਫਿਰ ਇੱਕ ਖਾਨਾ A ਦਾ ਫਿਰ ਇੱਕ ਗੈਪ ਛੱਡ ਦੇਣਾ ਹੈ ਫਿਰ B ਦਾ ਖਾਨਾ ਫਿਰ ਇੱਕ ਗੈਪ C ਦਾ ਗੈਪ D ਦਾ ਗੈਪ E ਦਾ ਤੇ ਗੈਪ F ਦਾ ਤੇ ਉੱਪਰ ਵੱਲ ਨੂੰ ਜੋ ਆਪਾਂ ਨੰਬਰ ਲਿਖਣੇ ਹਨ ਉਹ ਜਿੱਤੀਆਂ ਹੋਈਆਂ ਸੀਟਾਂ ਆਪਣੇ ਕੋ ਸਭ ਤੋਂ ਵੱਡਾ ਨੰਬਰ ਕਿਹੜਾ ਹੈ 75 ਤੇ ਸਭ ਤੋਂ ਛੋਟਾ ਨੰਬਰ ਆਪਣੇ ਕੋ ਹੈ ਜੀ 10 ਤੇ ਆਪਾਂ ਜੋ 75 ਸਭ ਤੋਂ ਵੱਡਾ ਨੰਬਰ ਹੈ ਤੇ ਮੈਕਸਿਮਮ ਜੋ ਆਪਾਂ 7 ਜਾਂ 8 ਉੱਪਰ ਨੂੰ ਗੈਪ ਨੰਬਰ ਲੈਣੇ ਹੁੰਦੇ ਹਨ ਤੇ ਇਸ ਨੂੰ ਮੰਨ ਲਓ ਜੇ ਨੀਅਰ ਅਬਾਊਟ ਆਪਾਂ 8 ਨਾ ਵੀ ਕਰਦੇ ਹਾਂ ਤੇ ਇਹ 9.ਸਮਥਿੰਗ ਆ ਜਾਂਦਾ ਹੈ ਮਤਲਬ ਆਪਾਂ 10-10 ਦਾ ਗੈਪ ਲੈ ਲੈਣਾ ਹੈ ਜੀ ਤੇ ਦੇਖੋ 0 ਪਹਿਲਾ ਜੋ ਆਪਣੇ ਕੋ ਹੈ ਬਾਕਸ ਵਿੱਚ ਆਪ ਜਿੱਥੇ ਖਤਮ ਹੋਏਗਾ ਪਹਿਲਾ ਬਾਕਸ ਮੇਨ ਉੱਥੇ 10 ਦੂਜੇ ਤੇ 20 30 40 50 60 70 ਤੇ ਆਪਾਂ 80 ਤੱਕ ਨੰਬਰ ਲਿਖ ਲੈਣੇ ਹਨ ਜੀ ਕਿਉਂਕਿ ਮੈਕਸਿਮਮ ਆਪਣੇ ਕੋ 75 ਨੰਬਰ ਤੱਕ ਹੈ ਇਸ ਲਈ ਆਪਾਂ 50 ਤੱਕ ਨੰਬਰ ਲਿਖ ਲੈਣੇ ਹਨ ਹੁਣ ਜੋ A ਵਾਲੀ ਰਾਜਨੀਤਿਕ ਪਾਰਟੀ ਹੈ ਉਹ ਮੈਕਸਿਮਮ ਆਪਣੇ ਕੋ ਉਸ ਦੇ ਕਿੰਨੀ ਸੀਟਾਂ ਜਿੱਤੀਆਂ ਹਨ ਜੀ ਆਪਣੇ ਕੋ 75 ਤਾਂ ਆਪਾਂ ਇਸ ਨੂੰ ਇਸ ਤਰ੍ਹਾਂ ਉੱਪਰ 75 ਤੱਕ ਲੈ ਜਾਣਾ ਹੈ ਉੱਪਰ 75 ਲਿਖ ਦੇਣਾ ਹੈ ਜਿਸ ਦੇ ਨਾਲ ਹੀ ਆਪਾਂ ਉੱਪਰ 75 ਲਿਖ ਵੀ ਦੇਣਾ ਹੈ ਜੀ ਇਸੇ ਤਰ੍ਹਾਂ ਜੋ B ਵਾਲਾ ਹੈ ਉਹ ਆਪਣੇ ਕੋ 55 ਹੈ 55 ਕਿੱਥੇ ਆ ਜਾਏਗਾ 50 ਤੇ 60 ਦੇ ਵਿੱਚਕਾਰ ਇਸ ਤਰ੍ਹਾਂ ਤੇ ਇੱਥੇ ਉੱਪਰ 55 ਲਿਖ ਦੇਣਾ ਹੈ अगला है जी सैंती सैंती की होएगा तीह पैंती पेन्त, पैंती है पैंती से थोड़ा ऊपर चाली तो ये थलेे का आ जाएगा जी अपने को तो ए इस तरह अपने को पूरा अपना शट ग्राफ बना लेना है जी ई वाला दस है तो दस दे सामने देखो अपना इस तरह इन दस तक उपर लैके जाना है एफ वाला अपने को कि है जी सैंती तो देखो सैंती कितने होएगा उ पैंती चाली दे अपने को सैंती आ जाएगा जी ਤੇ ਉਸ ਤੋਂ ਬਾਅਦ ਦੇਖੋ ਆਪਾਂ ਇਸ ਤਰਫ ਤੁਸੀਂ ਰਾਜਨੀਤਿਕ ਪਾਰਟੀਆਂ ਲਿਖਣੀਆਂ ਹਨ ਇਸ ਤਰਫ ਐਰੋ ਡਾਲ ਕੇ ਤੇ ਇਸ ਤਰਫ ਲਿਖਣਾ ਹੈ ਜਿੱਤੀਆਂ ਸੀਟਾਂ ਕਿੰਨੀਆਂ ਸੀਟਾਂ ਜਿੱਤੀਆਂ ਹਨ ਕਿਸ ਪਾਰਟੀ ਨੇ ਉਸ ਉੱਪਰ ਦੀ ਤਰਫ ਜਾਏਗਾ ਤੇ ਪਾਰਟੀ A ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਕਿੰਨੀਆਂ ਜਿੱਤੀਆਂ ਜੀ ਆਪਣੇ ਕੋ 75 ਸੀਟਾਂ ਜਿੱਤੀਆਂ ਹਨ ਹੋਪ ਹੈ ਸਟੂਡੈਂਟ ਤੁਹਾਨੂੰ ਸਾਰੇ ਜੋ ਕੁਸ਼ਨ ਕਰਵਾਏ ਹਨ ਉਹ اچھی ਤਰ੍ਹਾਂ ਸਮਝ ਲੱਗੇ ਹੋਣਗੇ ਤੇ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ ਧੰਨਵਾਦ